ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਦੇ ਵਿੱਚ ਆਉਂਦੇ 4 ਦਿਨਾਂ ਤੱਕ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਮੌਸਮ ਖੁਸ਼ਕ ਬਣਿਆ ਰਹੇਗਾ ਹਾਲਾਂਕਿ ਠੰਡ ਹੈ ਜਿਹੜੀ ਉਹ ਥੋੜੇ ਦਿਨਾਂ ਬਾਅਦ ਜ਼ੋਰ ਫ ਮਹਿਸੂਸ ਕੀਤਾ ਹੋਣਾ ਕਿ ਤੜਕੇ ਆਥਣੇ ਦੀ ਜਿਹੜੀ ਠੰਡ ਹੈ ਉਹ ਵੱਧ ਗਈ ਹੈ ਦੁਪਹਿਰ ਹਾਲਾਂਕਿ ਪਹਿਲਾਂ ਵਾਂਗੂ ਨਿੱਗੀਆਂ ਹੀ ਰਹਿੰਦੀਆਂ ਨੇ ਸੂਰਜ ਦੀ ਧੁੱਪ ਦੇ ਵਿੱਚ ਸਿਖਰ ਦੁਪਹਿਰੇ ਤੁਸੀਂ ਨਹੀਂ ਬੈਠ ਸਕਦੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪੂਰੇ ਨਵੰਬਰ ਦੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਦਸੰਬਰ ਦੇ ਮੱਧ ਵਿੱਚ ਜਾ ਕੇ ਕਿਤੇ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਦੀ ਗੱਲ ਕਰ ਲਈਏ ਤਾਂ ਸ਼੍ਰੀਨਗਰ ਸਮੇਤ ਕਈ ਥਾਵਾਂ ਤੇ ਸੰਘਣੀ ਧੁੰਦ ਅੱਜ ਛਾਈ ਰਹੀ ਤਾਪਮਾਨ ਦੇ ਵਿੱਚ ਗਿਰਾਵਟ ਕਰਕੇ ਇੱਥੇ ਠੀਤ ਲਹਿਰ ਸ਼ੁਰੂ ਹੋ ਚੁੱਕੀ ਹੈ ਭਾਰਤੀ ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਵਿੱਚ ਘੱਟੋ ਘੱਟ ਤਾਪਮਾਨ 1.08 ਡਿਗਰੀ ਸੈਲਸੀਅਸ ਸੀ ਜੋ ਇਸ ਸੀਜ਼ਨ ਦੀ ਆਮ ਨਾਲੋਂ 1.2 20 ਡਿਗਰੀ ਸੈਲਸੀਅਸ ਹਾਲਾਂਕਿ ਘਟ ਹੈ ਦਿੱਲੀ ਦੇ ਪ੍ਰਦੂਸ਼ਣ ਦੀ ਗੱਲ ਕਰ ਲਈਏ ਤਾਂ ਕੱਲ ਜਿਹੜਾ ਪ੍ਰਦੂਸ਼ਣ ਘਟਣ ਦੀ ਖਬਰ ਆਈ ਸੀ ਉਸ ਤੋਂ ਬਾਅਦ ਅੱਜ ਸਕੂਲ ਵੀ ਖੋਲ ਦਿੱਤੇ ਗਏ ਨੇ ਤੇ ਹੁਣ ਅੱਜ ਫੇਰ ਦਿੱਲੀ ਦੇ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਣ ਵਧਿਆ ਹੈ ਦਿੱਲੀ ਤੇ ਨਾਲ ਲੱਗਦੇ ਸ਼ਹਿਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਫੇਰ ਵਿਗੜ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿਸੇ ਵੱਡੀ ਰਾਹਤ ਦੀ ਉਮੀਦ ਨਹੀਂ ਹੈ ਐਤਵਾਰ ਨੂੰ ਮਾਮੂਲੀ ਜਿਹਾ ਸੁਧਾਰ ਹੋਇਆ ਸੀ ਤੇ ਅੱਜ ਸਵੇਰੇ AQI 338 ਫੇਰ ਦਰਜ ਕੀਤਾ ਗਿਆ ਜਿਹੜਾ ਕਿ ਕੱਲ ਸ਼ਾਮ 4 ਵਜੇ ਤੱਕ 301 ਸੀ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਫੇਰ ਸੁਣਵਾਈ ਹੋਈ ਹੈ ਐਨਜੀਟੀ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਸਖਤ ਟਿੱਪਣੀਆਂ ਕੀਤੀਆਂ ਨੇ ਵੱਡੇ ਸਵਾਲ ਖੜੇ ਕਰਦੇ ਹੋਏ ਤਕੜੀ ਫਟਕਾਰ ਵੀ ਲਾਈ ਹੈ ਐਨਜੀਟੀ ਨੇ ਕਿਹਾ ਕਿ ਸੈਟਲਾਈਟ ਤਸਵੀਰਾਂ ਦੇ ਵਿੱਚ ਪੂਰਾ ਪੰਜਾਬ ਲਾਲ ਦਿਖਾਈ ਦੇ ਰਿਹਾ ਹੈ ਯਾਨੀ ਕਿ ਅੱਗ ਲੱਗੀ ਦਿਖਾਈ ਦੇ ਰਹੀ ਹੈ ਪੰਜਾਬ ਹੀ ਪ੍ਰਦੂਸ਼ਣ ਦਾ ਕਹਿੰਦੇ ਸਰੋਤ ਹੈ ਉਹਨਾਂ ਪੁੱਛਿਆ ਕਿ ਜੇ ਸਰਕਾਰ ਐਕਸ਼ਨ ਲੈ ਰਹੀ ਹੈ ਤਾਂ ਸੁਧਾਰ ਕਿਉਂ ਨਹੀਂ ਹੋ ਰਿਹਾ ਐਨਜੀਟੀ ਨੇ ਕਿਹਾ ਕਿ ਤੁਹਾਡੇ ਐਕਸ਼ਨ ਦਾ ਕੋਈ ਨਤੀਜਾ ਨਜ਼ਰ ਕਿਉਂ ਨਹੀਂ ਆ ਰਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਪ੍ਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਕਮੀ ਆਈ ਹੈ 48 ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾ ਰਹੀ ਹੈ 19 ਨਵੰਬਰ ਦਾ ਅੰਕੜਾ ਪੰਜਾਬ ਸਰਕਾਰ ਨੇ ਪੇਸ਼ ਕੀਤਾ ਐਨਜੀਟੀ ਨੇ ਪੁੱਛਿਆ ਕਿ ਤੁਸੀਂ ਕਾਰਵਾਈ ਦੇ ਲਈ ਫਿਰ 48 ਘੰਟੇ ਕਿਉਂ ਲੈ ਰਹੇ ਹੋ ਜਦੋਂ ਤੁਹਾਨੂੰ ਕੇਸ ਸਾਹਮਣੇ ਆ ਜਾਂਦਾ ਹੈ ਮਿਲ ਜਾਂਦਾ ਹੈ ਤੁਰੰਤ ਕਾਰਵਾਈ ਕਿਉਂ ਨਹੀਂ ਕਰਦੇ 33000 ਪਰਾਲੀ ਸਾੜਨ ਦੇ ਮਾਮਲੇ ਮਿਲਣੇ ਤੇ ਤੁਸੀਂ ਐਕਸ਼ਨ ਸਿਰਫ 800 ਲੋਕਾਂ ਦੇ ਖਿਲਾਫ ਹੀ ਕਿਉਂ ਲਿਆ ਹੈ ਐਫਆਈਆਰ ਦਰਜ ਕਰਨ ਦੇ ਲਈ ਸਭ ਦੇ ਲਈ ਤੁਸੀਂ ਬਰਾਬਰ ਦੀ ਨੀਤੀ ਕਿਉਂ ਨਹੀਂ ਅਪਣਾ ਰਹੇ ਕੁਝ ਲੋਕਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਹਾਲਾਂਕਿ 19 ਤਰੀਕ ਨੂੰ ਖਬਰਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੇ ਸੂਬੇ ਦੇ ਵਿੱਚ 1000 ਤੋਂ ਵੱਧ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ 1 ਕਰੋੜ 50 ਲੱਖ ਤੋਂ ਵੱਧ ਜੁਰਮਾਨਾ ਪੰਜਾਬ ਦੇ ਕਿਸਾਨਾਂ ਨੂੰ ਲਾਇਆ ਜਾ ਚੁੱਕਿਆ ਹੈ ਹਾਲਾਂਕਿ ਪਰਾਲੀ ਸਾੜਨ ਦੇ ਜਿਹੜੇ ਮਾਮਲੇ ਨੇ ਉਹ 30000 ਤੋਂ ਵੀ ਵੱਧ ਆਏ ਨੇ ਤੇ ਪਰਾਲੀ ਸਾੜਨ ਨੂੰ ਲੈ ਕੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਵਿਲਨ ਦੇ ਰੂਪ ਚ ਪੇਸ਼ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੂਰੇ ਦੇਸ਼ ਦੀਆਂ 18 ਕਿਸਾਨ ਜਥੇਬੰਦੀਆਂ ਦੀ ਅਗਵਾਈ ਚ ਕਿਸਾਨ ਸੜਕਾਂ ਤੇ ਉਤਰੇ ਕ੍ਰੈਕਟਰਾਂ ਤੇ ਪ੍ਰਾਲੀ ਨੂੰ ਲੱਦ ਕੇ ਕਿਸਾਨ ਡੀਸੀ ਦਫ਼ਤਰਾਂ 'ਚ ਪਹੁੰਚੇ ਐਸਡੀਐਮ ਦਫ਼ਤਰਾਂ ਦਾ ਘਰਾਓ ਕੀਤਾ ਮੋਗਾ ਮਾਨਸਾ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਾਲੀ ਨੂੰ ਲੈ ਕੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰਾ ਕੀਤਾ ਥਾਂ-ਥਾਂ ਤੇ ਚੱਕਾ ਜਾਮ ਵੀ ਕੀਤਾ ਗਿਆ ਮੋਗਾ ਵਿੱਚ ਤਾਂ ਕਿਸਾਨ ਗੱਡੀਆਂ ਦੇ ਮੂਹਰੇ ਲੇਟੇ ਹੋਏ ਵੀ ਦਿਖਾਈ ਦਿੱਤੇ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਖਿਲਾਫ ਦਰਜ ਕੇਸ ਸਰਕਾਰ ਵਾਪਸ ਲਵੇ ਤੇ ਕਿਸਾਨਾਂ ਦੀਆਂ ਵੱਖ-ਵੱਖ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਲਟਕਿਆ ਹੋਇਆ ਮੁਆਵਜ਼ਾ ਉਹ ਜਾਰੀ ਕੀਤਾ ਜਾਵੇ ਪ੍ਰਾਲੀ ਸਾੜਨ ਦਾ ਹੱਲ ਦਿੱਤਾ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵੰਤ ਸਿੰਘ ਪੰਦੇਰ ਨੇ ਸਰਕਾਰ ਤੇ ਇਲਜ਼ਾਮ ਲਾਇਆ ਪੰਜਾਬ ਸਰਕਾਰ ਤੇ ਕਿ ਕਿਸਾਨਾਂ ਪ੍ਰਤੀ ਸੁਪਰੀਮ ਕੋਰਟ ਅਤੇ ਐਨਜੀਟੀ ਦੇ ਸਾਹਮਣੇ ਗਲਤ ਧਾਰਨਾਵਾਂ ਸਰਕਾਰ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹ ਜਿਹੜੇ ਧਰਨੇ ਨੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨਾਂ ਨੇ ਦਿੱਤੇ ਕਿਸਾਨ ਲੀਡਰਾਂ ਸਰਵੰਤ ਸਿੰਘ ਪੰਦੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਥਾਂ-ਥਾਂ ਤੇ ਰੋਸ ਮੁਜ਼ਾਰੇ ਕੀਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਉਪਰਾਲੀ ਨਾ ਸਾੜਨ ਦੀ ਬੇਨਤੀ ਕੀਤੀ ਹੈ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਨੇ ਇਹਦੇ ਵਿੱਚ ਕੁਝ ਸਮਾਂ ਜ਼ਰੂਰ ਲੱਗਦਾ ਹੈ ਪਰ ਕਿਸਾਨ ਇੰਤਜ਼ਾਰ ਕਰਨ ਸਭ ਨੂੰ ਮਸ਼ੀਨਾਂ ਲਗੀਆਂ ਜਿਹੜੀਆਂ ਕਿ ਖੇਤਾਂ ਦੇ ਵਿੱਚ ਹੀ ਪਰਾਲੀ ਦਾ ਪ੍ਰਬੰਧਨ ਕਰਨ ਦੇ ਲਈ ਕੰਮ ਕਰਦੀਆਂ ਨੇ ਸੋ ਪਰਾਲੀ ਸਾੜੋ ਨਾ ਥੋੜੀ ਉਡੀਕ ਕਰੋ ਜਲੰਧਰ ਦੇ ਵਿੱਚ ਇੱਕ ਨੰਬਰਦਾਰ ਨੂੰ ਪਰਾਲੀ ਸਾੜਨ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ ਨੰਬਰਦਾਰ ਦੀ ਪਛਾਣ ਸਰਬਜੀਤ ਸਿੰਘ ਵਾਸੀ ਪਿੰਡ ਸੀਹੋਵਾਲ ਤਸੀਲ ਨਕੋਦਰ ਵੱਜੋਂ ਹੋਈ ਹੈ ਇੱਕ ਕਾਰਵਾਈ ਜਲੰਧਰ ਦੇ ਡੀਸੀ ਨੇ ਕੀਤੀ ਹੈ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਹੋਈ ਇਸ ਬੈਠਕ ਦੇ ਵਿੱਚ 28 ਅਤੇ 29 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ اجلاس ਬਲੌਂਡਾ ਫੈਸਲਾ ਲਿਆ ਗਿਆ ਪਿਛਲੇ ਹਫਤੇ ਹੀ ਵਿਧਾਨ ਸਭਾ ਦੇ ਸਕੱਤਰ ਦੇ ਵੱਲੋਂ ਬਜਟ اجلاس ਖਤਮ ਹੋਣ ਦੀ ਜਾਣਕਾਰੀ ਰਾਜਪਾਲ ਨੂੰ ਭੇਜੀ ਗਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਮੁੱਖ ਮੰਤਰੀ ਅਤੇ ਰਾਜਪਾਲ ਦੇ ਅਧਿਕਾਰਾਂ ਦੀ ਜੰਗ ਨੂੰ ਲੈ ਕੇ 10 ਨਵੰਬਰ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਨੇ ਇਸ ਗੱਲ ਤੇ ਨਾਰਾਜ਼ਗੀ ਜਤਾਈ ਸੀ ਕਿ ਸਰਕਾਰ ਸਾਲ ਦੇ ਵਿੱਚ ਬੁલાਏ ਜਾਣ ਵਾਲੇ ਤਿੰਨ اجلاس ਕਿਉਂ ਨਹੀਂ ਬੁਲਾਉਂਦੀ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਸਿਰਫ ਦੋ ਦਿਨਾਂ ਦਾ اجلاس ਸੱਦਿਆ ਹੈ ਜਿਸ ਨੂੰ ਰਾਜਪਾਲ ਕੋਲ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ 20 ਅਕਤੂਬਰ ਦੇ ਸਪੈਸ਼ਲ اجلاس ਦੌਰਾਨ ਮੁੱਖ ਮੰਤਰੀ ਮਾਨ ਨੇ ਇਸ ਤੇ ਹੋਰ ਲੰਬੇ ਹੋਣ ਦਾ ਦਾਵਾ ਕੀਤਾ ਸੀ ਇਹ ਚਰਚਾ ਵੀ ਪਿਛਲੇ ਦਿਨਾਂ ਤੋਂ ਮੀਡੀਆ 'ਚ ਚੱਲ ਰਹੀ ਸੀ ਕਿ ਤਿੰਨ ਤੋਂ ਚਾਰ ਦਿਨਾਂ ਦਾ ਇਹ ਸੈਸ਼ਨ ਹੋ ਸਕਦਾ ਹੈ ਪਰ ਸਿਰਫ ਦੋ ਦਿਨਾਂ ਦਾ ਸਰਦ ਰੋਤੇ اجلاس ਬੁਲਾਇਆ ਗਿਆ ਹੈ ਕੈਬਨਟ ਮੀਟਿੰਗ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੈਸ਼ਨ ਦੌਰਾਨ ਅਹਿਮ ਬਿੱਲ ਪੇਸ਼ ਕੀਤੇ ਜਾਣਗੇ ਪੈਂਡਿੰਗ ਬਿੱਲਾਂ ਤੇ ਮੋਹਰ ਲੱਗੇਗੀ ਕੈਬਨਟ ਮੀਟਿੰਗ ਦੇ ਵਿੱਚ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਿੱਚ 6 ਮਾਫ ਕਰਨਾ 9 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਮੰਤਰੀ ਮੰਡਲ ਨੇ ਸੂਬੇ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਇੱਕ ਕੈਦੀ ਦੀ ਉਮਰ ਕੈਦ ਦੇ ਵਿੱਚ ਛੋਟ ਦਾ ਕੇਸ ਭੇਜਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਦਕਿ 4 ਹੋਰ ਅਜਿਹੇ ਕੇਸ ਰੱਦ ਕੀਤੇ ਗਏ ਨੇ ਭਾਰਤੀ ਸੰਵਿਧਾਨ ਦੀ ਧਾਰਾ 163 ਤਹਿਤ ਕੈਬਨਟ ਦੀ ਪ੍ਰਵਾਨਗੀ ਤੋਂ ਬਾਅਦ ਦੇ ਵਿ ਛੋਟ ਅਗਾਉ ਰਿਹਾਈ ਦੇ ਕੇਸ ਭਾਰਤੀ ਸੰਵਿਧਾਨ ਦੀ ਧਾਰਾ 166 ਦੀ ਵਿਚਾਰ ਲਈ ਪੰਜਾਬ ਦੇ ਰਾਜਪਾਲ ਨੂੰ ਹੀ ਭੇਜੇ ਜਾਣਗੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਪੰਜਵਾਂ ਸਮਾਗਮ ਬਲਾਉਣ ਸੰਬੰਧੀ ਆ ਕਿਉਂਕਿ ਇਹ ਪੰਜਾਬ ਵਿਧਾਨ ਸਭਾ ਜਿਹੜੀ ਆ 16ਵੀਂ ਵਿਧਾਨ ਸਭਾ ਕੀ ਇਹਦਾ ਪੰਜਵਾਂ ਸਮਾਗਮ ਬਲਾਉਣ ਨੂੰ ਜਿਹੜੀ ਆ ਪ੍ਰਵਾਨਗੀ ਜਿਹੜੀ ਆ ਅੱਜ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਦਿੱਤੀ ਗਈ ਆ ਔਰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇਸ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਹੋਊਗਾ ਔਰ ਸੈਸ਼ਨ ਦੀ ਮਿਆਦ ਜਿਹੜੀ ਆ ਉਹ 2 ਦਿਨ ਹੋ ਗਏ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਾਡੀ ਜਿਹੜੀ ਦਾ ਮਹਾਰਾਜਾ ਭਪਿੰendra ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਕੀ ਆ ਉਹਦੇ ਵਿੱਚ ਨਮੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਉਸ ਯੂਨੀਵਰਸਿਟੀ ਦੇ ਅੰਦਰ ਨਮੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਤਾਂ ਕਿ ਕੰਮ ਨੂੰ ਅਸਾਰੂ ਢੰਗ ਨਾਲ ਚਾਰੂ ਢੰਗ ਨਾਲ ਅੱਛੇ ਢੰਗ ਦੇ ਨਾਲ ਚਲਾਇਆ ਜਾਵੇ ਉਹਦੀ ਜਿਸ ਜਿਹੜੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਬੜੀ ਜਲਦੀ ਜਿਹੜੀਆਂ ਅਸਾਮੀਆਂ ਭਰਨੀਆਂ ਤਾਂ ਕਿ ਸਾਡੇ ਜਿਹੜੇ ਬੱਚੇ ਜਿਹੜੇ ਸਪੋਰਟਸ ਯੂਨੀਵਰਸਿਟੀ ਦੇ ਅੰਦਰ ਖੇਡਣਗੇ ਉਹਨਾਂ ਦੇ ਡਿਗਰੀਆਂ ਦੇ ਲਈ ਉਹਨਾਂ ਦੇ ਪ੍ਰਬੰਧ ਦੇ ਲਈ ਉਹਨਾਂ ਦੇ ਜਿਹੜਾ ਵੀ ਕੰਮਕਾਰ ਆ ਉਹਦੇ ਲਈ ਇਹੜਾ ਹੈਗਾ ਅ ਅੱਛੇ ਢੰਗ ਨਾਲ ਕੰਮ ਹੋ ਸਕੇ ਇਹ ਅੱਜ ਮੈਂ ਸਮਝਦਾ ਦੋ ਬੜੇ ਇੰਪੋਰਟੈਂਟ ਡਿਸੀਜਨ ਪੰਜਾਬ ਸਰਕਾਰ ਦੇ ਹੋਏ ਨੇ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਸਰਦਰੁੱਤ ਇਜਲਾਸ ਬੁਲਾਉਣ ਦਾ ਫੈਸਲਾ ਲੈ ਲਿਆ ਤੇ ਦੂਸਰੇ ਪਾਸੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਬਾਜਵਾ ਨੇ ਇਲਜ਼ਾਮ ਲਾਇਆ ਕਿ ਪ੍ਰਸਾਰਣ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਹੁੰਦਾ ਹੈ ਸੱਤਾਧਾਰੀ ਵਿਧਾਇਕ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਬੋਲਣ ਦੌਰਾਨ ਕੈਮਰੇ ਦਾ ਫੋਕਸ ਉਹਨਾਂ ਦੇ ਉੱਤੇ ਪੂਰਾ ਹੁੰਦਾ ਹੈ ਜਦੋਂ ਬੋਲਦੇ ਨੇ ਸਿਰਫ ਉਹਨਾਂ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਹਨਾਂ ਦੀ ਹੀ ਤਸਵੀਰ ਦਿਖਾਈ ਜਾਂਦੀ ਹੈ ਇਸ ਤੇ ਪੰਜਾਬ ਸਰਕਾਰ ਦਾ ਪ੍ਰਤੀਕਰਮ ਵੀ ਆ ਗਿਆ ਹੈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ਹੈ ਕਹਿੰਦੇ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਅਸੀਂ ਹੀ ਸ਼ੁਰੂ ਕੀਤਾ ਹੈ ਸਾਡੀ ਸਰਕਾਰ ਨੇ ਸ਼ੁਰੂ ਕੀਤਾ ਹੈ ਤੁਸੀਂ ਕਾਂਗਰਸ ਸਰਕਾਰ 'ਚ ਜਦੋਂ ਹੁੰਦੇ ਸੀ ਉਹ ਤੁਸੀਂ ਹਮੇਸ਼ਾ ਭੱਜਦੇ ਸੀ ਤੁਸੀਂ ਤਾਂ ਸਿੱਧਾ ਪ੍ਰਸਾਰਣ ਵੀ ਨਹੀਂ ਸੀ ਦਿਖਾਉਂਦੇ ਅਸੀਂ ਦਿਖਾਉਂ ਦਿੱਤਾ ਹੈਗੇ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਆ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਸੌਂਚਣ ਤੋਂ ਪਹਿਲਾਂ ਪੰਜਾਬ ਅੰਦਰ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਆਪ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਹੋਣਗੇ ਉਹ ਖੁਦ ਮੰਤਰੀ ਰਹੇ ਉਹ ਤਾਂ ਕੈਮਰੇ ਤਾਂ ਉਹਨਾਂ ਨੇ ਤਾਂ ਲਾਈਵ ਕਦੇ ਕਰਾਇਆ ਹੀ ਨਹੀਂ ਸੀਗਾ ਉਹ ਤਾਂ ਸੈਸ਼ਨ ਦੇ ਅੰਦਰ ਜਿਹੜੀਆਂ ਡਿਬੇਟਾਂ ਹੁੰਦੀਆਂ ਸੀਗੀਆਂ ਉਹ ਵੀ ਘੱਟ ਦਿੰਦੇ ਸੀਗੇ ਇਹ ਉਹਨਾਂ ਦੇ ਸਮੇਂ ਦਾ ਇਤਿਹਾਸ ਅਸੀਂ ਦਰਸਤ ਕੀਤਾਗਾ ਵਿਧਾਨ ਸਭਾ ਪੰਜਾਬ ਦੇ ਲੋਕ ਪਹਿਲੀ ਵਾਰ লাইਵ ਦੇਖਣ ਲੱਗੇ ਨੇਗੇ ਸੋ ਉਹਨਾਂ ਨੂੰ ਇਹ ਫੈਸਲਾ ਸਵਾਗਤ ਕਰਨ ਦੀ بجائے ਇਸ ਤਰ੍ਹਾਂ ਦੀਆਂ ਜਿਹੜੀਆਂ ਅੜਚਨਾ ਖੜੀਆਂ ਕਰਦੇ ਨੇ ਬਿਲਕੁਲ ਅਸੀਂ ਵਿਧਾਨ ਸਭਾ ਦੇ ਅੰਦਰ ਸੌਰੀ ਕੋਰਟ ਦੇ ਅੰਦਰ ਜਾਵਾਂਗੇ ਮੈਟਰ ਸਬ ਜੁੜਾਈ ਸਾਂ ਪਰ ਲੇਕਿਨ ਸਾਰਾ ਕੁਝ ਕੈਮਰਾ ਦੇ ਸਾਹਮਣੇ ਹੁੰਦਾਗਾ ਇਹ ਲਾਈਵ ਕੌਣ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂਆਤ ਕੀਤੀ ਆ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਨੇੜੇ ਮੀਟ ਸ਼ਰਾਬ ਦੀ ਹੋਈ ਪਾਰਟੀ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਗੁਰੂ ਘਰ ਦੇ ਮੁਖ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਇਹ ਹੋਇਆ ਉਹ ਬਿਲਕੁਲ ਗਲਤ ਹੈ ਕਹਿੰਦੇ ਅਧਿਕਾਰੀਆਂ ਦੀ ਇਹ ਪਾਰਟੀ ਗੁਰੂ ਘਰ ਤੋਂ 2 ਕਿਲੋਮੀਟਰ ਦੂਰ ਹੋਈ ਹੈ ਉਹਨਾਂ ਨੇ ਸ਼ਰਾਬ ਪਰੋਸੇ ਜਾਣ ਦੀ ਗੱਲ ਨੂੰ ਵੀ ਬਿਲਕੁਲ ਗਲਤ ਦੱਸਿਆ ਪਰ ਇਹ ਜ਼ਰੂਰ ਮੰਨਿਆ ਕਿ ਗੋਸ਼ਤ ਪਾਰਟੀ ਦੇ ਵਿੱਚ ਮਹਿਮਾਨਾਂ ਨੂੰ ਜ਼ਰੂਰ ਪਰੋਸਿਆ ਗਿਆ ਸੀ ਸ਼ਰਾਬ ਉਹਨਾਂ ਨੇ ਨਹੀਂ ਦੇਖੀ ਮੁੱਖ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦੂਸਰੇ ਫੇਜ਼ ਦੀ ਉਹ ਸਾਰੇ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਇਸ ਲਈ ਉਹ ਕੂੜ ਪ੍ਰਚਾਰ ਕਰ ਰਹੇ ਨੇ ਆਪ ਕੌਰੀਡੋਰ 875 ਏਕੜ ਦੇ ਵਿੱਚ ਹੈ ਔਰ ਉਸ 875 ਏਕੜ ਦੇ ਮੁxtਲਿਫ ਪੋਰਸ਼ਨ ਬਣੇ ਹੋਏ ਹਨ ਜਹਾ ਜਿਹੜਾ ਖਾਣੇ ਦਾ ਅਰੇਂਜ ਕੀਤਾ ਗਿਆ ਉਹ ਗੁਰੂ ਘਰ ਤੋਂ 2 ਕਿਲੋਮੀਟਰ ਦੂਰ ਭਾਈ ਸਾਹਿਬ ਜੁਨੇਵਾਨਾ ਨੇ ਉੱਪਰ ਚੜ੍ਹ ਕੇ ਦੇਖਿਆ ਵੀ ਹੈ ਜਿੱਥੇ PMU ਦੇ ਸਾਡੇ ਅਫਸਰਾਂ ਰਹਿੰਦੇ ਹਨ PMU ਦਾ ਸਟਾਫ ਰਹਿੰਦਾ ਹੈ ਉੱਥੇ ਪੂਰੇ ਡਿਸਟ੍ਰਿਕਟ ਦੀ ਜਿਹੜੀ ਇੰਤਜ਼ਾਮੀਆਂ ਹੈ ਕਿਉਂਕਿ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਕੁਝ ਦਿਨਾਂ ਬਾਅਦ ਗੁਰਨਾਰ ਪਾਸ਼ਾ ਗੁਰਪਰ ਗੁਰਪ੍ਰਕਾਸ਼ ਗੁਰਪੁਰਪ ਸ਼ੁਰੂ ਹੋ ਰਿਹਾ ਹੈ ਉਸੇ ਨੂੰ ਦੇਖਦਿਆਂ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਇਹ ਸੰਗਠਾ ਕਰਤਾਰਪੁਰ ਸਾਹਿਬ ਪਹੁੰਚਣ ਗਿਆ ਔਰ ਕਰਤਾਰਪੁਰ ਸਾਹਿਬ ਸੈਕੰਡ ਫੇਜ਼ ਦੀ ਸੇਵਾ ਸ਼ੁਰੂ ਕਰਨ ਵਾਸਤੇ ਗੁਰੂ ਕarde ਪ੍ਰਬੰਧਨ ਹੋਰ ਬਿਹਤਰ ਕਰਨ ਵਾਸਤੇ ਉਹਨਾਂ ਦਾ ਖਾਣਾ ਕੀਤਾ ਗਿਆ ਉਸ ਖਾਣੇ ਨੂੰ ਖਾਣਾ ਵੀ ਜਿਹੜਾ ਰੇਂਜ ਕੀਤਾ ਗਿਆ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਦੇ ਫਾਸਲੇ ਤੇ ਹੈ ਔਰ ਉੱਥੇ ਕੋਈ ਅਸੀ ਐਕਟੀਵਿਟੀ ਨਹੀਂ ਹੋਈ ਜਿਹੜੀ ਕਿਹਾ ਗਿਆ ਕਿ ਸ਼ਰਾਬ ਪੀਤੀ ਗਈ ਉੱਥੇ ਕੋਈ ਐਸਾ ਕੰਮ ਕੀਤਾ ਗਿਆ ਜਿਹੜਾ ਗੁਰੂ ਕarde ਰਹਿਤ ਮਰਿਆਦਾ ਚ ਨਹੀਂ ਹਾਂ ਖਾਣੇ ਦਾ ਡਿਨਰ ਦਾ ਜ਼ਰੂਰ ਉੱਥੇ ਇਨਸਾਮ ਹੋਇਆ ਹੈ ਉੱਥੇ ਗੋਸ਼ਟ ਦਾ ਵੀ ਪ੍ਰਬੰਧ ਕੀਤਾ ਗਿਆ ਬਟ ਉਹ ਕਿਲੋਮੀਟਰ ਦੂਰ ਹੈ ਉਹ علیحدਾ ਪੋਰਸ਼ਨ ਦੇ ਅੰਦਰ ਹੈ ਉੱਥੇ ਗੁਰੂ ਘਰ ਦੀ ਕੋਈ ਬੌਂਡੀ ਨਹੀਂ ਹੈ ਬੌਂਡੀ ਚੋਬਾਰ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੁਛ ਉਦੋਂ ਪੰਜਾਬ ਸਰਕਾਰ ਦੇ ਵਫਦ ਦੇ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੁੱਖ ਗ੍ਰੰਥੀ ਗੋਬਿੰਦ ਸਿੰਘ ਦੇ ਨਾਲ ਮੌਜੂਦ ਸਨ ਉਹਨਾਂ ਨੇ ਵੀ ਇੱਕ ਹੈ ਕਿ ਹੁਣ ਸਪਸ਼ਟਿਕਰਨ ਦੇਣ ਤੋਂ ਬਾਅਦ ਇਸ ਮਾਮਲੇ ਨੂੰ ਤੂਲ ਨਹੀਂ ਦੇਣਾ ਚਾਹੀਦਾ ਤੇ ਜਿਹੜਾ ਤੂਲ ਦਿੱਤਾ ਜਾ ਰਿਹਾ ਉਹ ਹੈ ਵੀ ਗਲਤ ਪੁੱਛਿਆ ਔਰ ਇਹਨਾਂ ਨੇ ਗੁਰੂ ਸਾਹਿਬ ਦੀ ਤਾਬਿਆਂ 'ਚ ਬੈਠ ਕੇ ਇਹ ਗੱਲ ਨੂੰ ਕਲੀਅਰ ਕੀਤੀ ਕਿ ਇਸ ਤਰ੍ਹਾਂ ਦਾ ਜਿਹੜਾ ਖਾਣੇ ਦਾ ਇੰਤਜ਼ਾਮ ਸੀ ਉਹ ਇੱਥੋਂ 2 ਕਿਲੋਮੀਟਰ ਦੂਰ ਜਿਹੜਾ ਕੰਪਲੈਕਸ ਵੱਖਰਾ ਕੰਪਲੈਕਸ ਆ ਉਹਦਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਨਾਲ ਕੋਈ ਸਬੰਧ ਨਹੀਂ ਹੈ ਔਰ ਮੈਨੂੰ ਲੱਗਦਾ ਵੀ ਗੁਰੂ ਤੋਂ ਵੱਡਾ ਸਾਡਾ ਕੋਈ ਗਵਾਹ ਨਹੀਂ ਹੈ ਜੇ ਗੁਰੂ ਦੀ ਤਾਬੇ 'ਚ ਬੈਠ ਕੇ ਗੁਰੂ ਦੀ ਤਾਬੇ 'ਚ ਬੈਠ ਕੇ ਰਾਗੋਬਿੰਦ ਸਿੰਘ ਜਰਾਂ ਨੇ ਗੱਲ ਨੂੰ ਕਲੀਅਰ ਕਰਤਾ ਤਾਂ ਮੈਨੂੰ ਲੱਗਦਾ ਇਹ ਇਸ ਚੀਜ਼ ਨੂੰ ਆਪਾਂ ਖਤਮ ਕਰ ਦੇਣਾ ਚਾਹੀਦਾ ਔਰ ਗੁਰਸਾ ਮੇਰ ਕਰਨ ਔਰ ਸਭ ਨੂੰ ਸਮਤ ਬਖਸ਼ਣ ਔਰ ਭਾਈਚਾਰਾ ਹੋਵੇ ਔਰ ਸਾਰੇ ਦੇਸ਼ ساری ਦੁਨੀਆ ਕਿਉਂਕਿ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਸਾਰੇ ਖੁਸ਼ੀ ਖੁਸ਼ੀ ਵਸਣ ਸਾਡੇ ਦੋਹਾਂ ਪੰਜਾਬਾਂ ਦਾ ਵੀ ਮੇਲ ਹੋਵੇ ਦਰਸਲ ਇਸ ਤੋਂ ਪਹਿਲਾਂ ਪੂਰਾ ਐਤਵਾਰ ਮੀਡੀਆ ਦੇ ਵਿੱਚ ਇਹ ਖਬਰਾਂ ਨਸ਼ਰ ਹੋਈਆਂ ਕਿ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੀ ਡਿਊਟੀ ਤੋਂ ਸਿਰਫ 20 ਫੁੱਟ ਦੀ ਦੂਰੀ ਤੇ ਸ਼ੁਕਰਵਾਰ ਦੀ ਰਾਤ ਨੂੰ ਇੱਕ ਪਾਰਟੀ ਹੋਈ ਜਿਸ ਦੇ ਵਿੱਚ ਮੀਟ ਮੱਛੀ ਅਤੇ ਸ਼ਰਾਬ ਵੀ ਪਰੋਸਿ ਗਏ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਵੀ ਪਹੁੰਚੇ ਹੋਏ ਸਨ ਪਾਰਟੀ ਵਿੱਚ ਪਾਕਿਸਤਾਨ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਅਧਿਕਾਰੀ ਕਾਰਜਕਾਰੀ ਮੁਹੰਮਦ ਅਬੂ ਬਕਰ ਆਫਤਬ ਕੁਰੇਸ਼ੀ ਵੀ ਸ਼ਾਮਲ ਹੋਏ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ ਅਤੇ ਪੁਲਿਸ ਅਧਿਕਾਰਾਂ ਸਮੇਤ ਵੱਖ-ਵੱਖ ਧਰਮਾਂ ਦੇ ਕੁੱਲ 80 ਲੋਕ ਸ਼ਾਮਲ ਸਨ ਕੌਮੀ ਘਟ ਗਿੰਦੀ ਕਮਿਸ਼ਨ ਦੇ ਚੇਅਰਮੈਨ ਭਾਰਤ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਨੇ ਸਖਤ ਨੋਟਿਸ ਲੈਂਦਿਆਂ ਵਿ ਕੇ ਪਾਕਿਸਤਾਨ ਸਰਕਾਰ ਨਾਲ رابطہ ਕਾਇਮ ਕਰਕੇ ਦੋਸ਼ੀ ਅਫਸਰਾਂ ਤੇ ਹੋਰਨਾਂ ਵਿਰੋਧ ਸਖਤ ਕਾਰਵਾਈ ਕਰਨ ਦੀ ਤਾਕੀਦ ਵੀ ਕੀਤੀ ਮਨਜਿੰਦਰ ਸਿੰਘ ਸਿਰਸਾ ਨੇ ਮੁਲਜ਼ਮ ਅਧਿਕਾਰੀਆਂ ਖਿਲਾਫ ਕੇਸ ਸਰਚ ਕਰਨ ਦੀ ਮੰਗ ਕੀਤੀ ਹੈ ਜਿਹੜੇ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਇਸ ਵਕਤ ਭਾਜਪਾ ਦੇ ਲੀਡਰ ਨੇ ਸਾਥੀ ਮੈਂ ਆਪਕੋ ਮੈਂ ਇਹ ਵੀ ਬਤਾਨਾ ਚਾਹਤਾ ਹੂੰ ਆਭੀ-ਆਭੀ ਜੋ ਘਟਨਾ ਸਾਹਮਣੇ ਆਈ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਕੀ ਨਾਰੋਵਾਲ ਕੇ ਅੰਦਰ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸੰਭਾਲਨੇ ਵਾਲੀ ਕਮੇਟੀ ਹੈ उनके जो अफसरान थे वहाँ के लोकल डिप्टी कमिश्नर वहाँ के लोकल डीएसपी, डिप्टी कमिश्नर पुलिस जो है हैं। इन लोगों ने गुरुद्वारा कॉम्प्लेक्स के अंदर नाच गान कराया शराब का सेवन किया मीट मुर्गा मांस का सेवन किया इससे बड़ा पाप नहीं हो सकता ये ईश निंदा का कानून के तहत इनके ऊपर कार्रवाई होनी चाहिए गुरु नानक देव जी का पवित्र स्थान हो गुरुद्वारा साहब इतना पवित्र हो और उस पवित्र गुरुद्वारे पे ऐसे पाप किए जाएं जो कभी बख्शे ना जा सके और इसकी कड़े शब्दों में जहाँ निंदा करता हूँ पाकिस्तान की सरकार से अपील करता हूँ कि तुरंत इनके ऊपर निष्ठ ਇਸ ਨੂੰ ਦਰ ਤਨੂਨ ਕੇ ਤਹਿਤ ਮੁਕਦਮਾ ਦਰਜ ਕਰੇ ਅਤੇ ਇਨਕੋ ਜੇਲ ਮੇ ਡਾਲਨੇ ਕਾ ਕਾਮ ਕਰੇ। ਉਧਰ ਐਸਵੀਸੀ ਦੀ ਹੋਈ ਕਾਰਜਕਾਰੀ ਦੀ ਮੀਟਿੰਗ ਦੇ ਵਿੱਚ ਵੀ ਇਹ ਮਸਲਾ ਉਠਿਆ। ਐਸਵੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹੋਏ ਪਾਕਿਸਤਾਨ ਤੇ ਭਾਰਤ ਸਰਕਾਰ ਨੂੰ ਚਿੱਠੀ ਲਿਖਣ ਦਾ ਫੈਸਲਾ ਲਿਆ। ਇਹ ਸਾਰਾ ਕੁਝ ਜਿਹੜੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਉਹਨਾਂ ਦੇ ਸਪਸ਼ਟ ਕਰਨ ਤੋਂ ਪਹਿਲਾਂ ਹੋ ਚੁੱਕਿਆ ਸੀ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਬਣਦਾ ਹੈ ਕਿ ਹਰ ਹਾਲ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਦਾ ਪਾਲਣ ਕੀਤਾ ਜਾਵੇ। ਧਾਮੀ ਘਟਨਾ ਦੀ ਰਿਪੋਰਟ ਵੀ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗੀ ਹੈ ਰਹੇ ਆ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਆ ਕਿ ਉੱਥੇ ਗੁਰੂ ਘਰਾਂ ਦੀਆਂ ਜਿਹੜੀਆਂ ਮर्यादाਆਂ ਆ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿਉਂਕਿ ਗੁਰਦੁਆਰਾ ਸਹਿਬਾਨ ਦੀ ਇੱਕ ਆਪਦੀ ਮर्यादा ਹੁੰਦੀ ਏ ਉਹ ਮर्यादा ਦੇ ਤਹਿਤ ਜ਼ਰੂਰੀ ਹੁੰਦਾ ਕਿ ਉਹ ਸਾਰੀ ਮर्यादा ਉੱਥੇ ਲਾਗੂ ਹੋਵੇ ਸੋ ਪਿਛਲੇ ਦਿਨੀ ਉਹ ਹੋਇਆ ਉਹਦੀ ਰਿਪੋਰਟ ਵੀ ਅਸੀਂ ਮੰਗਾ ਰਹੇ ਆ ਤੇ ਇਹ ਵੀ ਅਸੀਂ ਮੰਗ ਕਰਦੇ ਆ ਪਾਕਿਸਤਾਨ ਸਰਕਾਰ ਤੋਂ ਵੀ ਉਹਨਾਂ ਦੀ ਉਸ ਸਥਾਨ ਦੀ ਜਿਹੜੀ ਪਵਿੱਤਰਤਾ ਆ ਉਹਨੂੰ ਜਿਹੜਾ ਆ ਉਹ ਬਰਕਰਾਰ ਰੱਖਿਆ ਜਾਵੇ ਡਾਕਟਰ ਜੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦਾ ਸਖਤ ਨੋਟਿਸ ਲਿਆ ਉਹਨਾਂ ਨੇ ਕਿਹਾ ਕਿ ਇਹ ਜਹਾਂ ਨਹੀਂ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਲਈ ਉਹਨਾਂ ਦੇ ਧਾਰਮਿਕ ਥਾਵਾਂ ਦੀ ਮਰਿਆਦਾ ਅਹਿਮ ਹੈ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਿੱਖਾਂ ਦੇ ਧਾਰਮਿਕ ਸਥਾਨ ਨੇ ਤੇ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਦੇ ਹਿਰਦੇ ਨੂੰ ਸੱਟ ਲੱਗਦੀ ਹੈ ਜਿਨ੍ਹਾਂ ਨੇ ਵੀ ਅਜਿਹਾ ਕੀਤਾ ਹੈ ਗੁਰੂ ਘਰ ਨੇੜੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐਨਆਰਆਈਸ ਤੋਂ ਜਿਹੜੀ 5 ਡਾਲਰ ਫੀਸ ਵਸ ਲਿਆ ਗਿਆ ਉਸ ਤੋਂ ਉਸ ਨੂੰ ਵੀ ਗਲਤ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਮੁ슬ਮਨ ਭਾਈਚਾਰੇ ਨੂੰ ਸੋਚਣਾ ਚਾਹੀਦਾ ਹੈ ਪਾਕਿਸਤਾਨ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜਿਵੇਂ ਮੱਕਾ ਮਦੀਨਾ ਜਦੋਂ ਜਾਂਦੇ ਨੇ ਉੱਥੇ ਦੇ ਲਈ ਕੋਈ ਫੀਸ ਨਹੀਂ ਹੈ ਇਸੇ ਤਰ੍ਹਾਂ ਸਿੱਖਾਂ ਦੇ ਧਾਰਮਿਕ ਥਾਵਾਂ ਤੇ ਵੀ ਉਹਨਾਂ ਨੂੰ ਫੀਸ ਨਹੀਂ ਲਾਉਣੀ ਚਾਹੀਦੀ ਇਹ ਬੜੀ ਮੰਦਭਾਗੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਵੇਂ ਮੱਕਾ ਮਦੀਨਾ ਇਹਨਾਂ ਦੀਆਂ ਵੱਡੀਆਂ ਇਬਾਦਤਗਾਹਾਂ ਨੇ ਅਲਕਸਾ ਜਿਹੜੀ ਹੈ ਉਹ ਇਹਨਾਂ ਦੀ ਵੱਡੀ ਇਬਾਦਤਗਾਹ ਹੈ ਉਵੇਂ ਕਰਤਾਰਪੁਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਾਡੀ ਇਬਾਦਤਗਾਹ ਹੈ ਤੇ ਜਿਹੜੀ ਚੀਜ਼ ਸਾਡੇ ਧਰਮ ਦੇ ਵਿੱਚ ਵਰਜ਼ਤ ਹੈ ਉਹ ਚੀਜ਼ ਜਿਹੜੀ ਹੈ ਉਸ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਾਲ ਲੱਗਦੀ ਕੰਧ ਦੇ ਇਹੋ ਜੀਆਂ ਚੀਜ਼ਾਂ ਕਰਨੀਆਂ ਜਿਹੜੀਆਂ ਹੈਗੀਆਂ ਇਹ ਸ਼ੋਭ ਨਿਕ ਨਹੀਂ ਆ ਪਾਕਿਸਤਾਨ ਸਰਕਾਰ ਨੂੰ ਅਧਿਕਾਰੀਆਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਇਹ ਘਟਨਾ ਘੱਟੀ ਹੈ ਇਹਨੇ ਸਾਡੇ ਸਿੱਖਾਂ ਦੇ ਜਿਹੜੇ ਹਿਰਦੇ ਜਿਹੜੇ ਆ ਬਲੁੰਦਰੇ ਆ ਪੂਰਨ ਜਿਹੜਾ ਸਥਾਨ ਹੈ ਇਹ ਇੱਕ ਇਹਨਾਂ ਨੇ 5 ਡਾਲਰ ਐਨ ਆਰ ਆਈ ਤੋਂ ਜਿਹੜੀ ਹੈ ਉਹ ਫੀਸ ਜਿਹੜੀ ਹੈ ਉਹ ਵਸੂਲਣੀ ਸ਼ੁਰੂ ਕਰਤੀ ਹੈ ਦੇਖੋ ਸਾਡੇ ਐਨ ਆਰ ਆਈ ਜਿਹੜੇ ਵੀਰ ਜਾਂ ਜਿਹੜੇ ਵੀ ਵਿਦੇਸ਼ਾਂ ਤੋਂ ਪਾਕਿਸਤਾਨ ਦੇ ਗੁਰਦ ਆਮਾਂ ਦੀ ਦਰਸ਼ਨ ਯਾਤਰਾ ਵਾਸਤੇ ਪਹੁੰਚਦੇ ਆ ਉਹ ਗੋਲਕ ਦੇ ਵਿੱਚ ਹਜ਼ਾਰਾਂ ਡਾਲਰ ਪਾਉਂਦੇ ਆ ਔਰ ਪਾ ਵੀ ਸਕਦੇ ਆ ਪਰ ਜਿਹੜੀ ਇਹ ਫੀਸ ਲਾ ਦਿੱਤੀ ਜਾਂਦੀ ਹੈ 5 ਡਾਲਰ ਦੀ ਇਹ ਸਾਨੂੰ ਆਉਂ ਲੱਗਦਾ ਹੈ ਕਿ ਜਿਵੇਂ ਸਾਡੇ ਤੋਂ ਜਜ਼ੀਆ ਲਿਆ ਜਾਂਦਾ ਹੋਵੇ ਤੇ ਮੈਂ ਪਾਕਿਸਤਾਨ ਸਰਕਾਰ ਨੂੰ ਇੰਨਾ ਕਹਿਣਾ ਚਾਹਾਂਗਾ ਕਿ ਜੇ ਮੁਸਲਮਾਨਾਂ ਤੋਂ ਮੱਕੇ ਤੇ ਮਸਦੀਨੇ ਦੇ ਵਿੱਚ ਹਜ਼ਰ ਕਰਨ ਮੌਕੇ ਜਾਂ ਉਮਰਾ ਕਰਨ ਮੌਕੇ ਇਸ ਤਰ੍ਹਾਂ ਦਾ ਟੈਕਸ ਲੈ ਜਾਵੇ ਤਾਂ ਉਹਨਾਂ ਨੂੰ ਕੀ ਮਹਿਸੂਸ ਹੋਏਗਾ ਬਸ ਜੋ ਉਹਨਾਂ ਨੂੰ ਮਹਿਸੂਸ ਹੋਏਗਾ ਉਹੀ 5 ਡਾਲਰ ਜਾਂ 20 ਡਾਲਰ ਦੀ ਫੀਸ ਨਾਲ ਸਾਨੂੰ ਮਹਿਸੂਸ ਹੁੰਦਾ ਹੈ ਉਹ ਪਾਕਿਸਤਾਨ ਸਰਕਾਰ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਤੇ ਐਸਡੀਬੀਸੀ ਦੇ ਸਾਬਕਾ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਘਟਨਾ ਤੇ ਗੰਭੀਰ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੀ ਅੰਦਰ ਮੌਜੂਦ ਹੋਣ ਦਾ ਪਤਾ ਲੱਗਿਆ ਉਹ ਬਹੁਤ ਮਾੜੀ ਗੱਲ ਹੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਨਾਲ ਹੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸਕ ਨੋਟਿਸ ਲੈਂਦੀ ਐ ਅਪੀਲ ਕੀਤੀ ਗੁਰਦੁਆਰਾਂ ਦੀ ਮਰਜ਼ਾਦਾ ਨੂੰ ਸਮਝਦੇ ਆਏ ਇਹ ਜੋ ਕੁਝ ਵਾਪਰਿਆ ਇਹ ਬਹੁਤ ਮਾੜਾ ਸਮੁੱਚਾ ਸਿੱਖ ਆਵਾਮ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਚਿੰਤਤ ਵੀ ਆਦੀ ਇਸ ਗੱਲ ਦਾ ਰਟਵਾ ਵਿਰੋਧ ਵੀ ਕਰਦਾ ਮੈਂ ਆਪਣੇ ਵੱਲੋਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇੱਕ ਸ਼ਰਮੀ ਗੁਰਦੁਆਰਾ ਆਪਣਾ ਕਮੇਟੀ ਦੇ ਇੱਕ ਮੈਂਬਰ ਹੋਣ ਦੇ ਨਾਤੇ ਸ੍ਰੀ ਕਾਲਤਕ ਸਾਹਿਬ ਦੇ ਜਹਦਰ ਗਿਆਨੀ ਰਕਵੀਰ ਸਿੰਘ ਜੀ ਨੂੰ ਇਹ ਬੇਨਤੀ ਕਰਦੇ ਆਂ ਕਿ ਉਹ ਇਸ ਸਬੰਧੀ ਕਿਉਂਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਸੁਹਾਲ ਦੀ ਘੜੀ ਇਹ ਮਾਮਲਾ ਇੱਕ ਤਰੀਕੇ ਦੇ ਨਾਲ ਸੁਲਝ ਚੁੱਕਿਆ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਸਾਰੇ ਸੱਚਾਈ ਦੱਸੀ ਹੈ ਕਿ ਕਿੱਥੇ ਪਾਰਟੀ ਹੋਈ ਸੀ ਕੀ ਕੁਛ ਉਹਦੇ ਚ ਭਰੋਸਿਆ ਗਿਆ ਸੀ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਮੁੱਖ ਉਹਨਾਂ ਨੂੰ ਇੱਕ ਮਹਿਮਾਨ ਦੇ ਵਜੋਂ ਬੁਲਾਇਆ ਗਿਆ ਸੀ ਉਹ ਵੀ ਉੱਥੇ ਹਾਜ਼ਰੀ ਲਵਾ ਕੇ ਆਏ ਨੇ ਸੋ ਧਾਰਮਿਕ ਮਸਲਾ ਹੈ ਤੇ ਇਸ ਨੂੰ ਬਹੁਤਾ ਉਤੂਲ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਅੱਗੇ ਤੋਂ ਜਈਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲੰਗੀ ਰਹੀ ਲਗਾਤਾਰ ਭਾਰਤ ਵਾਲੇ ਪਾਸਿਓਂ ਸੰਗਤ ਕਰ ਰਹੀ ਹੈ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਸੋਮਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਪੰਜਾਬ ਵਿਧਾਨ ਸਭਾ ਦੇ 12 ਮੈਂਬਰ ਯਾਨੀ ਕਿ 12 ਐਮਐਲਏ ਜਿਨ੍ਹਾਂ ਦੇ ਵਿੱਚ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਤੋਂ ਇਲਾਵਾ ਵਿਧਾਨ ਸਭਾ ਦੇ ਸਟਾਫ ਤੇ ਨਾਨਕ ਨਾਮਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਜੈ ਕਿਸ਼ਨ ਸਿੰਘ ਰੋੜੀ ਬਲਕਾਰ ਸਿੰਘ ਸਿੱਧੂ ਵੀ ਮੌਜੂਦ ਸਨ ਤੇ ਸਰਕਾਰ ਦੇ ਜਿਹੜੇ 61 ਨੁਮਾਇंदे ਸੋਮਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਤੇ 490 ਸ਼ਰਧਾਲੂ ਨੇ ਜਿਹੜੇ ਕੁੱਲ ਉਹ ਸੋਮਵਾਰ ਨੂੰ ਦਰਸ਼ਨ ਕਰਕੇ ਵਾਪਸ ਪਰਤੇ ਨੇ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਐਸਜੀਪੀਸੀ ਨੇ ਹੁਣ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਨੇ 25 ਨਵੰਬਰ ਨੂੰ ਅਹਿਮ ਬੈਠਕ ਬੁਲਾਈ ਗਈ ਹੈ ਇਹਦੇ ਵਿੱਚ ਸਿੱਖ ਵਿਦਵਾਨ ਤੇ ਵਕੀਲ ਹਿੱਸਾ ਲੈਣਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚਰਚਾ ਹੋਏਗੀ ਨਵਾਂ ਪ੍ਰਧਾਨ ਬਣ ਤੋਂ ਬਾਅਦ ਐਸਜੀਪੀਸੀ ਦੀ ਕਾਰਜਕਾਰਨੀ ਦੀ ਸੋਮਵਾਰ ਨੂੰ ਬੈਠਕ ਹੋਈ ਅਤੇ ਪਹਿਲੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਹਾਲਾਂਕਿ ਪ੍ਰਧਾਨ ਉਹੀ ਰਿਪੀਟ ਹੋਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਨੇ ਪਰ ਤੀਜੀ ਵਾਰੀ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਦੀ ਇਹ ਪਹਿਲੀ ਕਾਰਜਕਾਰੀ ਦੀ ਬੈਠਕ ਸੀ ਸਿੱਖ ਭਾਈਚਾਰੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਨਸਲੀ ਹਮਲਿਆਂ ਨੂੰ ਲੈ ਕੇ ਵੀ ਚਰਚਾ ਹੋਈ ਇਸ ਦੌਰਾਨ ਜਦੋਂ ਉਹਨਾਂ ਨੂੰ ਜਬਲਪੁਰ ਦੇ ਵਿੱਚ ਬਜ਼ੁਰਗ ਸਿੱਖ ਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੋ ਸਿੱਖ ਪਰਿਵਾਰਾਂ ਦਾ ਆਪਸੀ ਝਗੜਾ ਸੀ ਮੀਟਿੰਗ ਕਰ ਗਿਆ ਸਿੱਖ ਵਿਦਵਾਨਾਂ ਦੇ ਨਾਲ ਤੇ ਵਕੀਲਾਂ ਦੇ ਨਾਲ ਉਹ ਅਸੀਂ ਯਤਨ ਕਰਾਂਗੇ ਉਹਦੀ ਆਉਂਦੇ ਦਿਨਾਂ ਦੇ ਵਿੱਚ ਡੇਟ ਅਸੀਂ ਡਿਸਾਈਡ ਕਰ ਲਾਂਗੇ ਉਹ ਸਾਰੇ ਸੱਜਣ ਸਹਿਬਾਨਾਂ ਨੂੰ ਫਿਰ ਅਸੀਂ ਉੱਥੇ ਇੱਕ ਵੱਡਾ ਕੱਟ ਕਰਕੇ ਫਿਰ ਉਹਦੇ ਵਿੱਚ ਸਾਰੀ ਇਹ ਜਿਹੜੀ ਬੰਦੇ ਸਿੰਘਾਂ ਦੀ ਰਿਹਾਈ ਸੰਬੰਧੀ ਇਹਨੂੰ ਕੈਮੇ ਸੰਘਰਸ਼ ਦੇ ਰੂਪ ਰਿਹਾ ਲਿਖਣੀ ਉਹਦੇ ਬਾਰੇ ਸਾਰਾ ਬੈਠ ਕੇ ਫੈਸਲਾ ਕੀਤਾ ਜਾਊਗਾ ਐਡਵੋਕੇਟ ਤਾਮੀਨੇ ਦੱਸਿਆ ਕਿ ਐਸਜੀਪੀਸੀ ਅਤੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਹੋ ਰਹੇ ਪ੍ਰਚਾਰ ਦੇ ਵਿਰੁੱਧ ਟਵਿੱਟਰ ਵਿਰੁੱਧ ਵੀ ਕਾਨੂੰਨੀ ਪ੍ਰਕਿਰਿਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਦੇ ਲਈ ਐਸਸੀਪੀਸੀ ਚੋਣਾਂ ਦੇ ਲਈ ਵੋਟਰ ਬਣ ਦੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਦੀਆਂ ਘੱਟ ਵੋਟਾਂ ਬਣ ਸਕਣ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 5 ਨਵੰਬਰ ਤੱਕ ਸਿਰਫ 132000 ਵੋਟਾਂ ਹੀ ਬਣੀਆਂ ਨੇ ਕਹਿੰਦੇ ਬੀਐਲਓ ਤੇ ਪਟਵਾਰੀ ਵੋਟਾਂ ਬਣਾਉਂਦੇ ਹੁੰਦੇ ਨੇ ਉਹ ਵਿਅਕਤੀ ਦੀ ਤਸਦੀਕ ਕਰਨ ਦੇ ਲਈ ਹੁਣ ਪੇਸ਼ ਹੋਣ ਦੇ ਹੁਕਮ ਦੇ ਰਹੇ ਨੇ ਉਹ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਨੇ ਯਾਨਕਿ ਐਸਜੀਪੀਸੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪਟਵਾਰੀਆਂ ਦੇ ਕੋਲ ਜਿਹੜੇ ਵੋਟਾਂ ਬਣ ਦੇ ਲਈ ਵੋਟਾਂ ਬਣਾਉਣ ਲਈ ਜਾਣ ਉਹ ਆਪ ਜਾ ਕੇ ਉਸ ਦੀ ਤਸਦੀਕ ਕਰਨ ਯਾਨੀ ਕਿ ਜਿਹੜੇ ਵੀ ਪਟਵਾਰੀਆਂ ਦੇ ਕੋਲ ਫਾਰਮ ਜਾਂਦੇ ਨੇ ਉਹ ਖੁਦ ਜਾ ਕੇ ਉਹਨਾਂ ਦੀ ਤਸਦੀਕ ਕਰਨ ਇਹ ਨਹੀਂ ਕਿ ਹਰੇਕ ਵੋਟਰ ਉਹਨਾਂ ਦੇ ਕੋਲ ਜਾਵੇ ਇਸ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਵੋਟਾਂ ਘਾਟ ਬਣਾਉਣ ਦਾ ਰੁਝਾਨ ਜਿਹੜਾ ਹੈ ਉਹ ਸ਼ੋਅ ਕਰ ਰਹੀ ਆ ਤੁਸੀਂ ਬੀ ਐਲਓ ਨੂੰ ਜਿਹੜੇ ਆ ਉਹਨਾਂ ਨੂੰ ਇਹ ਹਦਾਇਤ ਕਰੋ ਕਿ ਜਿਹੜੇ ਕੋਈ ਬੰਦਾ ਉੱਥੇ ਬੋਟ ਜਮਾ ਕਰਾਉਣ ਜਾਂਦਾ ਉਹਨਾਂ ਦੀ ਤਸਦੀਕ ਘਰ ਘਰ ਜਾ ਕੇ ਆਪ ਕਰਨ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੇ ਮੱਧ ਪ੍ਰਦੇਸ਼ ਦੇ ਵਿੱਚ ਬਜ਼ੁਰਗ ਸਿੱਖ ਤੇ ਹਮਲੇ ਅਤੇ ਪਾਣੀਪਤ ਦੇ ਵਿੱਚ ਸਿੱਖ ਨੌਜਵਾਨ ਨੂੰ ਖਾਲਿਸਤਾਨ ਮੁਰਦਾਬਾਦ ਨਾਮ ਬੋਲਣ ਤੇ ਹੋਈ ਕੁੱਟਮਾਰ ਦਾ ਸਖਤ ਨੋਟਿਸ ਲਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਪਿੱਛੇ ਉਹ ਲੋਕ ਹੀ ਜ਼ਿੰਮੇਵਾਰ ਨੇ ਜੋ ਸਿਆਸੀ ਲਿਬਾਸ ਦੇ ਵਿੱਚ ਖੜੇ ਹੋ ਕੇ ਸਟੇਜ ਤੋਂ ਨਫ਼ਰਤੀ ਭਾਸ਼ਾ ਦੀ ਵਰਤੋਂ ਕਰਦੇ ਨੇ ਉਹਨਾਂ ਅਕਾਲੀ ਦਲ ਨੂੰ ਕਿਹਾ ਕਿ ਤੁਹਾਨੂੰ ਅਜਿਹੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਦੋਸ਼ੀਆਂ ਦੇ ਖਿਲਾਫ ਬੋਲਣਾ ਚਾਹੀਦਾ ਹੈ ਕਿਸੇ ਤੋਂ ਕੋਈ ਗੱਲ ਬਣਮਾਉਣੀ ਇਹ ਤਾਂ ਕਿਸ਼ਾਈ ਹੈ ਹੋਰ ਕੁਝ ਨਹੀਂ ਹੈ ਬਿਲਕੁਲ ਬਿਲਕੁਲ ਸਿੱਖ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਖਾਸ ਤੌਰ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਹੂੰਗਾ ਕਿ ਉਹ ਸਿੱਖਾਂ ਦੀ ਰਾਸੀ ਜਮਾਤ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਤੇ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਬੇਅਦਬੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਸੋਮਵਾਰ ਸਵੇਰੇ ਕਰੀਬ 8:30 ਵਜੇ 12-13 ਸਾਲ ਦੇ ਬੱਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜ਼ाहिर तौर ਤੇ ਮਾਹੌਲ ਤਣਾਪੂਰਨ ਹੋਇਆ ਬੇਅਦਬੀ ਦੀ ਘਟਨਾ ਗੁਰੂ ਘਰ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਬੱਚੇ ਨੇ ਪਹਿਲਾਂ ਪ੍ਰਸ਼ਾਦ ਵਿੱਚ ਥੁੱਕਿਆ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਭੰਗ ਕਰਕੇ ਪਾੜ ਕਰ ਪਾੜ ਕੇ ਤੇਜ਼ੀ ਨਾਲ ਉਹ ਗੁਰੂ ਘਰ ਦੇ ਅੰਦਰੋਂ ਭੱਜ ਗਿਆ ਘਟਨਾ ਦਾ ਪਤਾ ਗੁਰੂ ਘਰ ਦੇ ਗ੍ਰੰਥੀ ਨੂੰ ਉਦੋਂ ਲੱਗਿਆ ਜਦੋਂ ਉਹਨਾਂ ਨੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਵਸਤਰਾਂ ਦੇ ਨਾਲ ਛੇੜਛਾੜ ਹੋਈ ਦੇਖੀ ਖਬਰਾ ਪੜੇ ਜਾਣ ਤੱਕ ਇਸ ਘਟਨਾ ਨੂੰ ਲੈ ਕੇ ਹੋਰ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਸੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਨੇ ਦਲਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਜੋ ਕਪੂਰਥਲਾ ਪੰਚਪੱਤ ਦੇ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ ਵਿਭਾਗ ਨੇ ਇਹਦੀ ਥਾਂ ਹੁਣ ਮਨਪ੍ਰੀਤ ਸਿੰਘ ਨੂੰ ਤਾਇਨਾਤ ਕਰ ਦਿੱਤਾ ਹੈ ਦਰਅਸਲ ਇਸ ਅਫਸਰ ਦੀ ਇੱਕ ਆਡੀਓ ਕਲਿੱਪ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਦੇ ਵਿੱਚ ਇਹ ਸਰਕਾਰੀ ਅਫਸਰ ਆਪਣੀ ਪ੍ਰੋਮੋਸ਼ਨ ਕਰਾਉਣ ਦੇ ਲਈ ਮਾਨ ਸਾਹਿਬ ਦੇ ਕੈਬਨਟ ਮੰਤਰੀ ਨੂੰ ਆਪਣੇ ਹੀ ਅੰਦਾਜ਼ ਦੇ ਵਿੱਚ ਚੰਡੀਗੜ੍ਹ ਸ਼ਿਫਟ ਹੋਣ ਦੀ ਸਿਫਾਰਿਸ਼ ਲਾ ਰਿਹਾ ਸੀ ਕੈਰੀ ਆ ਕੇ ਚੁੱਕੋ ਮੰਤਰੀ ਸਾਹਿਬ ਪੈਸੇ ਵਾਸ ਪ੍ਰਮੋਸ਼ਨ ਕਰਵਾ ਦਿਓ ਅਫਸਰ ਦੀ ਹਿੰਮਤ ਦੇਖੋ ਜਿਹੜੀ ਸਰਕਾਰ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਉਸੇ ਸਰਕਾਰ ਦੇ ਮੰਤਰੀ ਨੂੰ ਇਹ ਰੋਪ ਦੇ ਨਾਲ ਰਿਸ਼ਵਤ ਦੇ ਕੇ ਆਪਣਾ ਕੰਮ ਕਢਵਾਉਣ ਦੀ ਧੌਂਸ ਜਮਾ ਰਿਹਾ ਹੈ ਸਰਕਾਰ ਦੇ ਮੰਤਰੀ ਤੱਕ ਨੂੰ ਇਹ ਕੁਝ ਨਹੀਂ ਸਮਝ ਰਿਹਾ ਐਥੇ ਤਾਂ ਕਹਿ ਰਿਹਾ ਕਿ ਇਨਕੁਆਰੀਆਂ ਤੋਂ ਨਹੀਂ ਮੈਂ ਡਰਦਾ ਮੈਂ ਇਨਕੁਆਰੀਆਂ ਤਾਂ ਬਹੁਤ ਭੁਗਤ ਲਈਆਂ ਨੇ ਇਹ ਆਡੀਓ ਤੁਸੀਂ ਜ਼ਰੂਰ ਸੁਣੋ ਉਹ ਮਤਲਬ ਕਿ ਹੁਣ ਸਾਨੂੰ ਜੇ ਇੱਕ ਦਿਨ ਆਜੂਗਾ ਤੇ ਸਾਡੀ ਵਾਰੀ ਚੰਡੀਗੜ੍ਹ ਦੀ ਤਾਂ ਹੀ ਆਣੀ ਹੈਦਰ ਮੇਰੀ ਵਾਰੀ ਨਹੀਂ ਆਉਣੀ ਚੰਡੀਗੜ੍ਹ ਦੀ ਹੋ ਸਕਦਾ ਨਹੀਂ ਕਰਾਂਗੇ ਫਿਰ ਫਿਰ ਆਪਣੀ ਟੀਮ ਕੋ ਲਗਣਾ ਜੇ ਹਰਜੀਤ ਡੀਐਮ ਪ੍ਰਮੋਟ ਹੋ ਸਕਦਾ ਏਜੀਐਮ ਤੇ ਅਸੀਂ ਡੀਜੀਐਮ ਕਿਉਂ ਨਹੀਂ ਹੋ ਸਕਦੇ ਮੈਂ ਮੈਂ ਤਾਂ ਦਸੰਬਰ 18 ਚ ਪ੍ਰਮੋਟ ਹੋ ਗਿਆ ਸੀਗਾ ਦਸੰਬਰ 2018 ਚ ਦਸੰਬਰ 2022 ਨੂੰ ਮੇਰੇ 4 ਸਾਲ ਪੂਰੇ ਹੋ ਗਏ ਹੁਣ ਦਸੰਬਰ 2023 ਆਣ ਵਾਲਾ ਹੋ ਗਿਆ ਫਿਰ ਅਸੀਂ ਵੀ ਕਹਿ ਦਿਆਂਗੇ ਜੀ ਡਪੀਸੀ ਬਲੌਕ ਬਿਉਟੀ ਬਲੌਕ ਬਿਉਟੀ ਸਾਨੂੰ ਡੀਜੀਐਮ ਕਰਤੂ ਡੀਜੀਐਮ ਦੀ ਇੱਕ ਪੋਸਟ ਹੈਗੀ ਤਾਂ ਆਡੀਓ ਫੋਨ ਦੇ ਵਿੱਚ ਰਿਕਾਰਡ ਹੋਈ ਬਸ ਫਿਰ ਕਿਸੇ ਪ੍ਰਮੋਸ਼ਨ ਭਾਲ ਦੇ ਜ਼ਿਲ੍ਹਾ ਅਫਸਰ ਦੀ ਆਡੀਓ ਵਾਇਰਲ ਹੋ ਗਈ ਤੇ ਜ਼ਾਹਿਰ ਤੌਰ ਤੇ ਜੇ ਮੰਤਰੀ ਦੇ ਨਾਲ ਗੱਲ ਕਰ ਲੈ ਕਰ ਰਿਹਾ ਤਾਂ ਮੰਤਰੀ ਸਾਹਮਣੇ ਇਹ ਆਡੀਓ ਰਿਕਾਰਡ ਕੀਤੀ ਹੋਣੀ ਤੇ ਉਹਨਾਂ ਨੇ ਸ਼ਾਇਦ ਇਹ ਲੀਕ ਕੀਤੀ ਹੋਣੀ ਹੈ ਇਹ ਹੌਲੀ ਹੌਲੀ ਆਡੀਓ ਮੀਡੀਆ ਤੱਕ ਪਹੁੰਚੀ ਤੇ ਆਖਿਰਕਾਰ 19 ਨਵੰਬਰ ਨੂੰ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਦਿਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਦੀ ਥਾਂ ਮਨਪ੍ਰੀਤ ਸਿੰਘ ਨੂੰ ਅਹੁ ਗਿਆ ਤੇ ਅਫਸਰ ਦੇ ਖਿਲਾਫ ਵਿਭਾਗੀ ਇਹ ਪੜਤਾਲ ਜੇ ਹੁੰਦੀ ਹੈ ਤਾਂ ਇਹਦੇ ਹੋਰ ਵੀ ਕਾਲੇ ਕਾਰਨਾਮੇ ਸਾਹਮਣੇ ਆ ਸਕਦੇ ਨੇ ਤੇ ਜਿਹੜੇ ਮਹਿਕਮੇ ਨਾਲ ਇਸ ਸੰਬੰਧਿਤ ਹੈ ਉਹ ਮਹਿਕਮਾ ਮੰਤਰੀ ਕੁਟਾਰੂ ਚੱਕ ਦੇ ਕੋਲ ਹੈ ਹਾਲਾਂਕਿ ਸ ਆਡੀਓ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ ਪਰ ਅਸੀਂ ਸੁਨਾਲੀਗਿਰੀ ਅਫਸਰ ਦੇ ਨਾਲ ਜ਼ਿਲ੍ਹਾ ਅਫਸਰ ਦੇ ਨਾਲ ਜ਼ਰੂਰ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਫਸਰ ਦੇ ਖਿਲਾਫ ਚਾਰਜ ਸ਼ੀਟ ਫਰੇਮ ਕੀਤੀ ਗਈ ਹੈ ਜਿਹਦੇ ਤਹਿਤ ਇਹਨੂੰ ਸਸਪੈਂਡ ਕੀਤਾ ਗਿਆ ਜਾਂਚ ਦੇ ਹਿਸਾਬ ਨਾਲ ਅੱਗੇ ਸਾਰੀ ਕਾਰਵਾਈ ਕੀਤੀ ਜਾਊਗੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋਏ ਇੱਕ ਸਰਕਾਰੀ ਪ੍ਰੋਗਰਾਮ ਦੇ ਵਿੱਚ ਨਾ ਬੁਲਾਏ ਜਾਣ ਨੂੰ ਲੈ ਕੇ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਰਟ ਫੱਤਾ ਦੇ ਕੋਰਟ ਫੱਤਾ ਨੇ ਡੀਸੀ ਦੇ ਖਿਲਾਫ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਰਜ ਕਰਵਾਈ ਸੀ ਉਸ ਤੇ ਪੁਲਿਸ ਨੇ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਵਿਧਾਇਕ ਅਮਿਤ ਰਤਨ ਦਾ ਇਲਜ਼ਾਮ ਸੀ ਕਿ ਇੱਕ ਪ੍ਰੋਗਰਾਮ ਦੇ ਵਿੱਚ ਡੀਸੀ ਦੇ ਕਹਿਣ ਤੇ ਉਹਦੇ ਨਾਲ ਜਾਤ ਦਾ ਭੇਦਭਾਵ ਕਰਕੇ ਉਹਨਾਂ ਦਾ ਨਾਮ ਸੰਦਾ ਪੱਤਰ ਚੋਂ ਕੱਟ ਦਿੱਤਾ ਗਿਆ ਹਾਲਾਂਕਿ ਡੀਸੀ ਨੇ ਇਹਨਾਂ ਇਲਜ਼ਾਮਾਂ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਵਿਧਾਇਕ ਦੇ ਦੀ ਸ਼ਿਕਾਇਤ ਤੇ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਗਈ ਤੇ ਪੜਤਾਲ ਦੇ ਵਿੱਚ ਮਾਹਿਰਾਂ ਦੀ ਰਾਏ ਤੋਂ ਹੀ ਪਾਇਆ ਗਿਆ ਹੈ ਕਿ ਮਾਮਲਾ ਜਿਹੜਾ ਹੈਗਾ ਉਹ ਜਾਤੀਪੇਦਪਾਵ ਦਾ ਬਣਦਾ ਹੀ ਨਹੀਂ ਇਸ ਕਰਕੇ ਫਾਈਲ ਵੰਨ ਕਰ ਦਿੱਤੇ ਗਏ ਵਿਧਾਇਕ ਅਮਿਤ ਰਤਨ ਨੂੰ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਇੱਕ ਸਰਪੰਚ ਤੋਂ ਕਥਿਤ ਰਿਸ਼ਵਤ ਲੈ ਕੇ ਕੰਮ ਕਰਵਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਹਨਾਂ ਦੇ ਸਹਿਯੋਗੀ ਪੀਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਅਮਿਤ ਰਤਨ ਗ੍ਰਿਫਤਾਰ ਹੋਏ ਸੀ ਬੜਾ ਨਾਟਕੀ ਅੰਦਾਜ਼ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਹੁਣ ਜ਼ਮਾਨਤ ਤੇ ਹਾਂ ਹੋ ਚੁੱਕੇ ਨੇ ਅਗਲੀ ਖਬਰ ਵੀ ਬਠਿੰਡਾ ਤੋਂ ਹੈ ਜਿੱਥੇ ਪਲਾਟ ਅਲਾਟਮੈਂਟ ਘੁਟਾਲੇ ਦੇ ਵਿੱਚ ਫਸੇ ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਦੇ ਲੀਡਰ ਮਨਪ੍ਰੀਤ ਸਿੰਘ ਬਾਦਲ ਦੀ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ੀ ਹੋਈ ਸੋਮਵਾਰ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੇ ਮਨਪ੍ਰੀਤ ਬਾਦਲ ਤੋਂ 4 ਘੰਟੇ ਤੱਕ ਪੁੱਛ ਪੜਤਾਲ ਕੀਤੀ ਵਿਜੀਲੈਂਸ ਨੇ ਐਤਵਾਰ ਨੂੰ ਨੋਟਿਸ ਜਾਰੀ ਕਰਕੇ ਮਨਪ੍ਰੀਤ ਬਾਦਲ ਨੂੰ ਬਠਿੰਡਾ ਦਫ਼ਤਰ ਸੱਦਿਆ ਸੀ ਪੁੱਛਗਿੱਛ ਤੋਂ ਬਾਅਦ ਦਫ਼ਤਰ ਤੋਂ ਬਾਹਰ ਆਏ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਚਾਹੇ ਵਿਜੀਲੈਂਸ ਮੈਨੂੰ 100 ਵਾਰੀ ਬੁਲਾ ਲੇ ਮੈਂ 100 ਵਾਰੀ ਆਵਾਂਗਾ ਵਿੱਚ ਸੇ ਜੋ ਕਰਾਂਗਾ ਮਿਰਚ ਕੋਈ ਨੁਕਸ ਨਹੀਂ ਹੈ ਤੇ ਇਸ ਕੇਸ ਦੇ ਵਿੱਚ ਮਨਪ੍ਰੀਤ ਬਾਦਲ ਤੋਂ ਦੂਜੀ ਵਾਰੀ ਪੁੱਛ ਕੇ ਚੋ ਰਹੀ ਹੈ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਪਹਿਲਾਂ ਮਨਪ੍ਰੀਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਕੱਢਿਆ ਸੀ ਕੇਸ ਵਿੱਚ ਉਹਨਾਂ ਦੇ ਨਾਲ ਨਾਮਜ਼ਦ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜਗਨੂ ਅਤੇ ਸੀਏ ਸੰਜੀਵ ਕੁਮਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਜਗਨੂ ਅਤੇ ਸੰਜੀਵ ਨੂੰ ਸਥਾਨਕ ਅਦਾਲਤ ਤੋਂ ਜ਼ਮਾਨਤ ਮਿਲੀ ਸੀ ਜਦ ਕਿ ਮਾਨਪ੍ਰਿਤ ਬਾਦਲ ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ ਵੱਡੀ ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਨੂੰ ਫੇਰ ਫਰਲੋ ਮਿਲ ਗਈ ਹੈ 21 ਦਿਨਾਂ ਦੀ ਫਰਲੋ ਦੀ ਅਰਜ਼ੀ ਨੂੰ 48 ਘੰਟਿਆਂ ਦੇ ਅੰਦਰ ਹੀ ਮਨਜ਼ੂਰ ਕਰ ਲਿਆ ਗਿਆ ਫਰਲੋ ਦੌਰਾਨ ਰਾਮ ਰਹੀਮ ਤਿੰਨ ਹਫ਼ਤੇ ਤੱਕ ਕੇਵਲ ਇੱਕ ਵਾਰੀ ਫੇਰ ਤੋਂ सिरसा ਡੇਰੀ ਦੀ ਥਾਂ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਹੀ ਰਹੇਗਾ ਸੋਮਵਾਰ ਨੂੰ ਹੀ ਸੌਦਾ ਸਾਧ ਦੇ ਰੋਤਕ ਦੀ ਸੁਨਾਰੀਆ ਜੇਲ੍ਹ ਚ ਹਰੋਂ ਦੀ ਖਬਰ ਮਿਲੀ ਤੇ ਸਿੱਧਾ ਉਹ ਬਾਗਪਤਰ ਵਾਨਾ ਹੋ ਜੂਗਾ ਹੁਣ ਤੱਕ ਸੱਤ ਵਾਰੀ ਸੌਦਾ ਸਾਧ ਜੇਲ੍ਹ ਚੋਂ ਬਾਹਰ ਆ ਚੁੱਕਿਆ ਹੈ 2023 ਦੇ ਵਿੱਚ ਰਾਮ ਰਹੀਮ ਤੀਜੀ ਵਾਰੀ ਜੇਲ੍ਹੋਂ ਬਾਹਰ ਛੁੱਟ ਰਿਹਾ ਹੈ ਪਹਿਲਾਂ ਦੋ ਵਾਰੀ ਉਹ 70 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਸੀ ਇੱਕ ਵਾਰੀ 40 ਦਿਨ ਦੂਸਰੀ ਵਾਰੀ ਉਹਨੂੰ 30 ਦਿਨਾਂ ਦੀ ਫਰਲੋ ਮਿਲੀ ਸੀ ਪਹਿਲਾ ਫਰਵਰੀ ਤੋਂ ਮਾਰਚ ਤੱਕ ਸੌਦਾ ਸਾਹ ਨੇ 40 ਦਿਨਾਂ ਦੇ ਪੈਰੋਲ ਲਈ ਅਰਜ਼ੀ ਦਿੱਤੀ ਸੀ ਉਹ ਵੀ ਉਹਨੂੰ ਸੌਖੇ ਤਰੀਕੇ ਨਾਲ ਮਿਲ ਗਈ ਸੀ ਫਿਰ 30 ਦਿਨਾਂ ਦੇ ਵੀ ਉਸੇ ਤਰ੍ਹਾਂ ਮਿਲ ਗਏ 7 ਸਾਲ ਤੋਂ ਵੱਧ ਸਜ਼ਾ ਕੱਟ ਰਹੇ ਕੈਦੀ ਨੂੰ ਇੱਕ ਸਾਲ ਦੇ ਵਿੱਚ ਦੋ ਵਾਰੀ ਪੈਰੋਲ ਤੇ ਇੱਕ ਵਾਰੀ ਫਰਲੋ ਮਿਲ ਸਕਦੀ ਹੈ ਤੇ ਹਾਲਾਂਕਿ ਪਹਿਲਾਂ ਨਹੀਂ ਹੁੰਦਾ ਸੀ RAM REHIM ਦੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਹੀ ਹਰਿਆਣਾ ਸਰਕਾਰ ਨੇ ਨਿਯਮਾਂ ਦੇ ਵਿੱਚ ਬਦਲਾਅ ਕਰਕੇ ਨਵਾਂ ਨਿਯਮ ਬਣਾਇਆ ਸੀ ਕਿ ਹਰੇਕ ਕੈਦੀ ਨੂੰ ਫਰਲੋ ਮਿਲੇਗੀ ਜਦਕਿ ਜੇਲ੍ਹ ਦੇ ਵਕਤ तकरीबन ਸਾਰੀਆਂ ਜੇਲਾਂ ਦੇ ਭਾਰਤ ਦੇ ਵਿੱਚ ਹੀ ਨਿਯਮ ਨੇ ਕਿ ਜਿਹੜੇ ਬਹੁਤ ਹੀ ਖਤਰਨਾਕ ਕਿਸਮ ਦੇ ਅਪਰਾਧੀ ਹੁੰਦੇ ਨੇ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ RAM Rahim ਦੀ ਪੈਰੋਲ ਦਾ ਹਰ ਵਾਰੀ ਵਿਰੋਧ ਹੁੰਦਾ ਹੈ ਪੀੜਤਾਂ ਦੇ ਵੱਲੋਂ ਵਿਰੋਧ ਹੁੰਦਾ ਹੈ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਵਿਰੋਧ ਕਰਦੀ ਹੈ ਕਿ ਸਾਡੇ ਮੁਲਕ ਦਾ ਕਾਨੂੰਨ ਦੋਗਲਾ ਜਿਹੜਾ ਵਿਹਾਰ ਉਹ ਕਿਉਂ ਅਪਣਾਉਂਦਾ ਹੈ ਬੰਦੀ ਸਿੰਘ ਜਿਹੜੇ ਕਿ ਆਪਣੀ ਸਜ਼ਾ ਤੋਂ ਕਈ-ਕਈ ਸਾਲ ਵੱਧ ਸਜ਼ਾਵਾ ਭੁੱਜ ਚੁੱਕੇ ਨੇ ਉਹਨਾਂ ਨੂੰ ਕੁਝ ਘੰਟਿਆਂ ਦੀ ਪੈਰੋਲ ਵੀ ਨਹੀਂ ਮਿਲਦੀ ਤੇ ਇਸ ਸਾਧ ਨੂੰ ਜਿਸ ਨੇ سنگੀਨ ਜੁਰਮ ਕੀਤੇ ਨੇ ਇਸ ਨੂੰ ਵਾਰੀ-ਵਾਰੀ ਪੈਰੋਲ ਦੇ ਦਿੱਤੀ ਜਾਂਦੀ ਹੈ ਕੌਮੀ ਜਾਂਚ ਏਜੰਸੀ ਨੇ 에ਅਰ ਇੰਡੀਆ ਤੇ ਸਫ਼ਰ ਕਰਨ ਵਾਲੀਆਂ ਯਾਤਰੀਆਂ ਨੂੰ ਧਮਕਾਉਣ ਦੇ ਲਈ ਭਾਰਤ ਦੇ ਵਿੱਚ پابੰਦੀਸ਼ੁਦਾ ਜਥੇਬੰਦੀ 6 फॉर ਜਸਟਿਸ ਦੇ ਮੁਖੀ ਗੁਰਪਤਵੰਦ ਸਿੰਘ ਪੰਨੂ ਸਮੇਤ ਜਥੇਬੰਦੀ ਖਿਲਾਫ ਵੀ ਕੇਸ ਦਰਜ ਕਰ ਲਿਆ ਚੰਡੀਗੜ੍ਹ ਪੀਜੀਆਈ ਦੇ ਗਾਇਨੀ ਵਾਰਡ ਦੇ ਵਿੱਚ ਇਲਾਜ ਕਰਵਾ ਰਹੀ ਔਰਤ ਨੂੰ ਇੱਕ ਝਾਲੀ ਡਾਕਟਰ ਦੇ ਵੱਲੋਂ ਟੀਕਾ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਪੀੜਤ ਔਰਤ ਦੇ ਪਤੀ ਗੁਰਵਿੰਦਰ ਸਿੰਘ ਨੇ ਸੌਰੀ ਪਰਵਾ ਤੇ ਇਲਜ਼ਾਮ ਲਾਇਆ ਪਤੀ ਨੇ ਦੱਸਿਆ ਕਿ ਉਹਨਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ ਸੌਰੀ ਪੱਖ ਦੀਆਂ ਧਮਕੀਆਂ ਤੋਂ ਬਾਅਦ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਵੀ ਮੰਗੀ ਸੀ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਉਧੇਰੇ ਸਨ ਪਤੀ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਹ ਕੁੜੀ ਸੋਹਰੇ ਪਰਿਵਾਰ ਦੇ ਵੱਲੋਂ ਹੀ ਭੇਜੀ ਗਈ ਸੀ ਜਿਸ ਨੇ ਟੀਕਾ ਲਾਇਆ ਚੰਡੀਗੜ੍ਹ ਪੁਲਿਸ ਨੇ ਵੀ ਪੀਜੀਆ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਿਪਨ ਕੌਸ਼ਨ ਨੂੰ ਚਿੱਠੀ ਲਿਖ ਕੇ ਕਈ ਸਵਾਲਾਂ ਦੇ ਜਵਾਬ ਮੰਗੇ ਨੇ ਇਸ ਵਿੱਚ ਉਹਨਾਂ ਨੇ ਮਰੀਜ਼ ਨੂੰ ਲਾਏ ਗਏ ਟੀਕੇ ਦੀ ਜਾਣਕਾਰੀ ਮੰਗੀ ਹੈ ਕਿਹੜਾ ਟੀਕਾ ਸੀ ਮਰੀਜ਼ ਦੇ ਖੂਨ ਦੀ ਜਾਂਚ ਵਿੱਚ ਜੇ ਇਸ ਦਾ ਖੁਲਾਸਾ ਹੋਇਆ ਤਾਂ ਉਹਦੀ ਵੀ ਜਾਣਕਾਰੀ ਦਿਓ ਪੁਲਿਸ ਨੇ ਮੌਕੇ ਤੇ ਮੌਜੂਦ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨੂੰ ਲੈ ਕੇ ਵੀ ਸੇਤ ਮੁਲਾਜ਼ਮਾਂ ਦੀ ਡਿਟੇਲ ਮੰਗੀ ਹੈ ਗੁਰਵਿੰਦਰ ਸਿੰਘ ਨੇ ਸਾਰੇ ਪੱਖ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਇੰਟਰ ਕਾਸਟ ਮੈਰਿਜ ਕੀਤੀ ਸੀ ਸੋਹਰਾ ਪਰਿਵਾਰ ਜਦੋਂ ਧਮਕਾ ਰਿਹਾ ਸੀ ਤਾਂ ਉਹਨਾਂ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਉਹ ਡਿਪਰੈਸ਼ਨ ਵਿੱਚ ਆ ਗਈ ਤੇ ਮਾਂ ਵੀ ਮੁੱਕ ਗਈ ਉਸ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਗੁਰਵਿੰਦਰ ਨੇ ਇੱਕ ਸੂਚੀ ਬਣਾ ਕੇ ਪੁਲਿਸ ਨੂੰ ਸੌਂਪੀ ਹੈ ਜਿਸ ਵਿੱਚ ਉਹਨਾਂ ਲੋਕਾਂ ਦੇ ਨਾਮ ਲਿਖੇ ਨੇ ਜੋ ਧਮਕਾਉਂਦੇ ਨੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਵਿੱਚ ਪੀੜਤ ਦੇ ਪਤੀ ਅਤੇ ਭੈਣ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕਰ ਲਿਆ। ਫਿਲਹਾਲ ਮੁਕੱਦਮਾ ਅਣਪਛਾਤੇਆਂ ਦੇ ਖਿਲਾਫ ਹੀ ਦਰਜ ਕੀਤਾ ਗਿਆ ਹੈ। ਪੁਲਿਸ ਛੇਤੀ ਮਾਮਲੇ ਵਿੱਚ ਪੀੜਤ ਦੇ ਪੇਕੇ ਪੱਖ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ। ਦਰਅਸਲ 15 ਨਵੰਬਰ ਦੀ ਦੇਰ ਰਾਤ 11 ਵਜੇ ਇੱਕ ਔਰਤ ਪੀਜੀਆ ਦੇ ਗਾਇਨੀ ਵਾਰਡ ਪਹੁੰਚੀ, ਉੱਥੇ ਦਾਖਲ ਔਰਤ ਨੂੰ ਇੱਕ ਡਾਕਟਰ ਬਣ ਕੇ ਟੀਕਾ ਲਾਇਆ ਤੇ ਫਿਰ ਫਰਾਰ ਹੋ ਗਈ। ਜਿਸ ਤੋਂ ਬਾਅਦ ਔਰਤ ਦੀ ਹਾਲਤ ਖਰਾਬ ਹੋ ਗਈ ਬੀਐਸਐਫ ਨੇ ਸੋਮਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਖੇਤ ਵਿੱਚੋਂ ਡਰੋਨ ਬਰਾਮਦ ਕੀਤਾ ਹੈ ਅਹਿਮ ਖਬਰ ਇਹ ਹੈ ਕਿ ਡਰੋਨ ਪਾਕਿਸਤਾਨ ਦਾ ਨਹੀਂ ਬਲਕਿ ਚੀਨ ਦਾ ਬਣਿਆ ਹੋਇਆ ਹੈ ਤਲਾਸ਼ੀ ਮੁਹਿੰਮ ਦੌਰਾਨ ਖੇਤ ਵਿੱਚੋਂ ਚਿੰਨ ਚੀਨ ਦਾ ਬਣਿਆ ਕੁਆਡਕਾਪਟਰ ਬਰਾਮਦ ਹੋਇਆ ਪਿਛਲੇ ਹਫਤੇ ਦੌਰਾਨ 8 ਪਾਕਿਸਤਾਨੀ ਡਰੋਨ ਤੇ 5 ਕਿਲੋਗ੍ਰam ਹੈਰੋਇਨ ਬੀਐਸਐਫ ਬਰਾਮਦ ਕਰ ਚੁੱਕੀ ਹੈ ਉੱਤਰਾਖੰਡ ਦੇ ਉਤਰਕਾਸ਼ੀ ਦੇ ਵਿੱਚ ਸੁਰੰਗ ਚ ਹਾਲੇ ਤੱਕ ਵੀ ਕਾਮੇ ਉਸੇ ਤਰ੍ਹਾਂ ਫਸੇ ਹੋਏ ਨੇ ਹਾਲਾਂਕਿ ਬਚਾਅ ਟੀਮ ਨੂੰ ਅਹਿਮ ਕਾਮਯਾਬੀ ਮਿਲੀ ਹੈ ਇਹ ਟੀਮ 6 ਮੋਟੀ ਪਾਈਪ ਲਾਉਣ ਵਿੱਚ ਕਾਮਯਾਬ ਹੋ ਗਈ ਹੈ ਅਧਿਕਾਰੀਆਂ ਦੇ ਦੱਸਣ ਮੁਤਾਬਕ ਪਾਈਪ ਦੇ ਜ਼ਰੀਏ ਮਜ਼ਦੂਰਾਂ ਤੱਕ ਖਾਣ ਪੀਣ ਦਾ ਸਮਾਨ ਤੇ ਦਵਾਈਆਂ ਸੌਖੀਆਂ ਪਹੁੰਚਾਈਆਂ ਜਾ ਸਕਦੀਆਂ ਨੇ ਨਾਲ ਹੀ ਅੰਦਰ ਫਸੇ ਮਜ਼ਦੂਰਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਐਨ ਐਚ ਆਈ ਡੀ ਸੀ ਐਲ ਦੇ ਨਿਰਦੇਸ਼ਕ ਅੰਸ਼ੂ ਐਮ ਖਲਖੋ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਇਹ ਵੀ ਦੱਸਿਆ ਕਿ ਘਟਨਾ ਵਾਲੇ ਥਾਂ ਤੇ ਡੀ ਆਰ ਡੀਓ ਨੇ 20 ਕਿਲੋ ਤੇ 50 ਕਿਲੋ ਵਜ਼ਨ ਦੇ ਦੋ ਰੋਬੋਟ ਵੀ ਭੇਜੇ ਨੇ ਇਹ ਧਰਤੀ ਦੀ ਸਤ੍ਹਾ ਤੇ ਚੱਲ ਕੇ ਅੱਗੇ ਵਧਦੇ ਨੇ ਪਰ 터ਨਲ ਦੇ ਅੰਦਰ ਦੀ ਜ਼ਮੀਨ ਰੇਤਲੀ ਹੈ ਅਜਿਹੇ ਵਿੱਚ ਖਦਸ਼ਾ ਹੈ ਕਿ ਰੋਬੋਟ ਉਹ ਇਕ ਤਰ੍ਹਾਂ ਚੱਲ ਸਕਣਗੇ ਜਾਂ ਫਿਰ ਨਹੀਂ ਫਿਰ ਵੀ ਕਹਿੰਦੇ ਕੋਸ਼ਿਸ਼ ਕਰ ਰਹੇ ਹਾਂ 41 ਕਾਮੇ ਦਿਵਾਲੀ ਦੀ ਸਵੇਰੇ 5 ਵਜੇ ਸੁਰੰਗ ਦੇ ਵਿੱਚ ਫਸ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਦੇ 9 ਦਿਨ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸਿਲਕਿਆਰਾ ਸੁਰੰਗ ਦੇ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੇ ਲਈ ਚੱਲ ਰਹੀ ਬਚਾਅ ਤੇ ਰਾਹਤ ਕਾਰਜਾਂ ਬਾਰੇ ਪੀਐਮ ਮੋਦੀ ਨੇ ਇੱਕ ਵਾਰੀ ਫੇਰ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ਤੇ ਗੱਲਬਾਤ ਕਰਕੇ ਜਾਣਕਾਰੀ ਲਈ ਅਤੇ ਦੂਸਰੇ ਕੇਂਦਰ ਸਰਕਾਰ ਬਚਾਅ ਕਾਰਜਾਂ ਵਿੱਚ ਵਰਤੋ ਲਈ ਲੋੜੀਂਦੇ ਸਾਜ਼ੋ-ਸਮਾਨ ਤੇ ਸਾਧਨ ਮੁਹੱਈਆ ਕਰਵਾ ਰਹੀ ਹੈ ਕੇਂਦਰੀ ਤੇ ਸੂਬਾ ਏਜੰਸੀਆਂ ਦੇ ਆਪਸੀ ਤਾਲਮੇਲ ਨਾਲ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਊਗਾ ਤੇ ਹੁਣ ਗੱਲ ਐਨਆਰਆਈ ਦੇ ਨਾਲ ਵਾਪਰੀ ਖੌਫਨਾਕ ਵਾਰਦਾਤ ਦੀ ਕਰ ਲੈਨੇ ਆ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ ਦੇ ਨੇੜੇ ਬੀਡੀਏ ਕਲੋਨੀ ਦੇ ਵਿੱਚ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇੱਕ ਐਨਆਰਆਈ ਨੂੰ ਚੌਥੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ ਤੇ ਉਸ ਦੀ ਜਾਨ ਚਲੀ ਗਈ ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ ਪਤਾ ਲੱਗਿਆ ਕਿ ਐਨਆਰਆਈ ਦਾ ਫਲੈਟ ਦੀ ਤੀਜੀ ਮੰਜ਼ਲ ਤੇ ਰਹਿੰਦੇ ਅਧਿਆਪਕ ਨਾਲ ਝਗੜਾ ਹੋਇਆ ਸੀ ਚਰਨਜੀਤ ਨੇ ਚੌਥੀ ਮੰਜ਼ਲ ਤੇ ਫਲੈਟ ਖਰੀਦਿਆ ਸੀ ਦੋ ਸਾਲ ਬਾਅਦ ਉਹ ਪੰਜਾਬ ਆਉਂਦਾ ਸੀ ਚਾਰ ਹਫ਼ਤੇ ਪਹਿਲਾਂ ਹੀ ਆਪਣੇ ਭਤੀਜੇ ਨਾਲ ਯੂਕੇ ਤੋਂ ਵਾਪਸ ਆਇਆ ਸੀ ਐਤਵਾਰ ਨੂੰ ਜਦੋਂ ਭਾਰਤ ਆਸਟ੍ਰੇਲੀਆ ਦਾ ਫਾਈਨਲ ਮੈਚ ਦੇਖ ਰਿਹਾ ਸੰਤਾ ਅਚਾਨਕ ਕਿਸੇ ਗੱਲ ਨੂੰ ਲੈ ਕੇ ਤੀਜੀ ਮੰਜ਼ਲ ਤੇ ਰਹਿਣ ਵਾਲੇ ਸ਼ਖਸ ਨਾਲ ਝਗੜਾ ਹੋ ਗਿਆ ਤੇ ਤਿੰਨਾਂ ਲੋਕਾਂ ਨੇ ਮਿਲ ਕੇ ਉਹਨੂੰ ਹੇਠਾਂ ਸੁੱਟ ਦਿੱਤਾ ਅਬੋਰ ਤੋਂ ਪਿਓ ਪੁੱਤਰ ਨੂੰ ਲੈ ਕੇ ਦਰਦਨਾਖ਼ਬਰ ਸਾਹਮਣੇ ਆਈ ਹੈ ਪਿੰਡ ਸ਼ੇਰਗੜ ਦੇ ਖੇਤਾਂ ਵਿੱਚ ਬਣੀ ਪਾਣੀ ਵਾਲੀ ਟੈਂਕੀ ਚ ਡੁੱਬਣ ਕਾਰਨ ਦੋਵੇਂ ਪਿਓ ਪੁੱਤ ਖਤਮ ਹੋ ਗਏ ਪਤਾ ਲੱਗਿਆ ਕਿ ਪੁੱਤ ਦਾ ਪਾਣੀ ਦੀ ਡਿੱਗੀ ਵਿੱਚ ਮੋਬਾਈਲ ਡਿੱਗ ਪਿਆ ਸੀ ਮੋਬਾਈਲ ਲੱਭਣ ਪੁੱਤਰ ਉਤਰਿਆ ਤਾਂ ਬਾਹਰ ਨਹੀਂ ਆਇਆ ਤਾਂ ਪਿਤਾ ਵੀ ਉਹਨੂੰ ਲੱਭਣ ਦੇ ਲਈ ਥੱਲੇ ਉਤਰ ਗਿਆ ਦੋਵਾਂ ਦੀ ਡੁੱਬਣ ਕਾਰਨ ਜਾਨ ਚਲੇਗੀ ਫਰੀਦਕੋਟ ਤੋਂ ਵੀ ਅਜਿਹੀ ਖਬਰ ਹੈ ਜਿੱਥੇ ਤਿੰਨ ਭਰਾ ਲਾਪਤਾ ਦੱਸੇ ਜਾ ਰਹੇ ਨੇ ਤਿੰਨੇ ਸ਼ਨੀਚਰਵਾਰ ਦੀ ਰਾਤ ਨੂੰ ਵਿਆਹ ਦੀ ਖਰੀਦਦਾਰੀ ਕਰਨ ਲਈ ਗਏ ਸੀ ਪਰ ਮੁੜ ਕੇ ਘਰੇ ਨਹੀਂ ਆਏ ਦੱਸਿਆ ਜਾ ਰਿਹਾ ਕਿ ਤਿੰਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਨਹਿਰ ਵਿੱਚ ਡਿੱਗ ਪਈ ਇੰਟ ਰੁਕਣਾ ਬੈਗੂ ਦੇ ਵਿੱਚੋਂ ਇਹਨਾਂ ਦੀ ਬਾਈਕ ਬਰਾਮਦ ਹੋਈ ਹੈ ਹਾਲਾਂਕਿ ਜਿਹੜਾ ਹੈਗਾ ਇਹਨਾਂ ਦੀਆਂ ਮਰਤਕ ਦੇ ਹਾਂ ਨਹੀਂ ਮਿਲੀਆਂ ਅਮਰੀਕਾ ਦੇ ohio ਸੂਬੇ ਵਿੱਚ ਭਾਰਤੀ ਮੂਲ ਦੇ 52 ਸਾਲਾ ਵਿਅਕਤੀ ਦੀ ਕਾਰ ਵੱਲੋਂ ਟੱਕਰ ਮਾਰਨ ਕਾਰਨ ਮੌਕੇ ਤੇ ਜਾਨ ਚਲੀ ਗਈ ਪਿਊਸ਼ ਪਟੇਲ ਬ੍ਰਾਂਜ਼ਵਿਕ ਹੈਲਸ ਵਿੱਚ ਸੜਕ ਦੇ ਨਾਲ-ਨਾਲ ਪੈਦਲ ਜਾ ਰਿਹਾ ਸੀ ਪਿੱਛੋਂ ਆ ਰਹੀ ਕਾਰ ਨੇ ਉਹਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਜਾਨ ਨਿਕਲ ਗਈ ਕਾਰ ਚਾਲਕ ਦੀ ਪਛਾਣ 25 ਸਾਲਾ ਕੈਮਰਨ ਲੂਇਸਾ ਵਜੋਂ ਹੋਈ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਕੱਲ ਤੱਕ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਸੀ ਪਰ ਜਦੋਂ ਆਸਟ੍ਰੇਲੀਆ ਦੀ ਟੀਮ ਭਾਰਤੀਆਂ ਦੀ ਧਰਤੀ ਤੋਂ ਇਹ ਟਰੋਫੀ ਖਿੱਚ ਕੇ ਲੈ ਗਈ ਤਾਂ ਜ਼ਾਹਿਰ ਤੌਰ ਤੇ ਹਰ ਕੋਈ ਨਮੋਸ਼ ਹੈ ਹਰ ਕੋਈ ਨਿਰਾਸ਼ ਹੈ ਤੇ ਫਾਈਨਲ ਮੁਕਾਬਲੇ ਦੇ ਵਿੱਚ ਜਦੋਂ ਆਸਟ੍ਰੇਲੀਆ ਦੇ ਕਪਤਾਨ ਪੈਟ ਕਮੈਂਸ ਨੇ ਵਿਰਾਟ ਕੋਹਲੀ ਦਾ ਵਿਕਟ ਲਿਆ ਸੀ ਤਾਂ ਨਰੇਂਦਰ ਮੋਦੀ ਸਟੇਡੀਅਮ ਚ 1 ਲੱਖ ਤੋਂ ਵੱਧ ਪ੍ਰਸ਼ੰਸਕ ਇੱਕਦਮ ਸ਼ਾਂਤ ਹੋ ਗਏ ਸਨ ਪੂਰੇ ਸਟੇਡੀਅਮ ਦੇ ਵਿੱਚ ਸਨਨਾਟਾ ਛਾ ਗਿਆ ਸੀ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਆਸਟ੍ਰੇਲੀਆ ਦੇ ਕਪਤਾਨ ਨੂੰ ਇਸ ਸਨਨਾਟਾ ਬੜੇ ਸੰਤੁਸ਼ਟੀ ਦੇ ਰਿਹਾ ਸੀ ਪੀਟੀਆਈ ਮੁਤਾਬਿਕ ਜਦੋਂ ਕਮੈਂਸ ਤੋਂ ਪੁੱਛਿਆ ਗਿਆ ਕਿ ਜਦੋਂ ਕੋਹਲੀ ਆਊਟ ਹੋਏ ਤਾਂ ਕਿਵੇਂ ਲੱਗਿਆ ਤਾਂ ਪੈਟ ਨੇ ਕਿਹਾ ਕਿ ਫੀਲਡ ਵਿੱਚ ਇੰਨੀ ਚੁੱਪ ਸੀ ਕਿ ਅਸੀਂ ਮੈਚ ਦੇ ਮੱਧ ਵਿੱਚ ਦੂਜੀ ਰਿਕਵਰਡ ਦੌਰਾਨ ਵੀ ਇਸ ਬਾਰੇ ਗੱਲ ਕੀਤੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹਰ ਕੋਈ ਇਹੀ ਬਣ ਰਿਹਾ ਸੀ ਕਿ ਹਰ ਮੈਚ ਦੀ ਤਰ੍ਹਾਂ ਉਹ ਇਸ ਮੈਚ ਵਿੱਚ ਵੀ ਸੈਂਚਰੀ ਲਾਉਣਗੇ ਪਰ ਜਦੋਂ ਆਊਟ ਹੋ ਗਏ ਤਾਂ ਸਨਾਟਾ ਫੈਲ ਗਿਆ ਤੇ ਇਹ ਚੁੱਪ ਇਸ ਸਨਾਟਾ ਕਹਿੰਦੇ ਮੇਰੇ ਲਈ ਕਾਫੀ ਸੰਤੁਸ਼ਟੀਜਨਕ ਸੀ ਦਰਅਸਲ ਕਪਤਾਨ ਪੈਟ ਕਮੈਂਸ ਨੇ ਮੈਚ ਤੋਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਟੇਡੀਅਮ ਦੇ ਵਿੱਚ ਮੌਜੂਦ ਭਾਰਤੀ ਪ੍ਰਸ਼ੰਸਕਾਂ ਨੂੰ ਚੁੱਪ ਕਰਾਉਣਾ ਚਾਹਣਗੇ ਵਿਸ਼ਵ ਕੱਪ ਚੈਂਪੀਅਨ ਬਣ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਪੈਟ ਕਮੈਂਸ ਚਮਚਮਾਉਂਦੀ ਟਰੋਫੀ ਲੈ ਕੇ ਸਾਬਰਮਤੀ ਰਿਵਰ ਫਰੰਟ 'ਤੇ ਪਹੁੰਚੇ ਇੱਥੇ ਉਹਨਾਂ ਦੀਆਂ ਤਸਵੀਰਾਂ BCCI ਨੇ ਜਾਰੀ ਕੀਤੀਆਂ ਨੇ ਵਿਸ਼ਵ ਕੱਪ ਮੁਕਾਬਲਾ ਜਿੱਤਣ ਤੋਂ ਬਾਅਦ ਉਹ 1 ਡੇ ਵਰਲਡ ਕੱਪ ਜਿੱਤਣ ਵਾਲੇ ਆਸਟ੍ਰੇਲੀਆ ਦੇ ਕਪਤਾਨ ਐਲਨ ਬਾਰਡਰ, ਸਟੀਵ ਵਾਰ, ਰਿੱਕੀ ਪੌਂਟਿੰਗ, ਮਾਈਕਲ ਕਲਾਰਕ ਦੀ ਲਿਸਟ ਵਿੱਚ ਸ਼ਾਮਲ ਹੋ ਗਏ ਨੇ ਉਦਰ ਬੀਸੀਸੀਆਈ ਦੇ ਖਤਰ ਜੈ ਸ਼ਾਹ ਨੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਹੈ ਤੇ ਟੀਮ ਇੰਡੀਆ ਨੂੰ ਹਰ ਲਿਹਾਜ਼ ਨਾਲ ਚੈਂਪੀਅਨ ਦੱਸਿਆ। ਸ਼ਾਹ ਨੇ ਕਿਹਾ ਕਿ ਵਿਸ਼ਵ ਕੱਪ ਸਿਰਫ ਜਿੱਤ ਹਾਸਲ ਕਰਨ ਲਈ ਨਹੀਂ ਸੀ। ਇਹ ਟੀਮ ਇੰਡੀਆ ਦੀਆਂ ਭਾਵਨਾਵਾਂ, ਇਕਜੁੱਟਤਾ ਅਤੇ ਜੇਤੂ ਉਤਸ਼ਾਹ ਦਾ ਵਰਲਡ ਕੱਪ ਸੀ। ਸਫ਼ਰ ਭਾਵੇਂ ਖਤਮ ਹੋ ਗਿਆ ਪਰ ਸਾਡੀ ਟੀਮ ਦੇ ਲਈ ਗਰਵ ਅਤੇ ਪਿਆਰ ਹਮੇਸ਼ਾ ਲਈ ਬਰਕਰਾਰ ਰਹੇਗਾ। ਟੀਮ ਦੀ ਫਾਈਨਲ ਵਿੱਚ ਹਾਰ ਤੋਂ ਬਾਅਦ ਸ਼ੁਭਮਨ ਗਿੱਲ ਵੀ 16 ਘੰਟਿਆਂ ਬਾਅਦ ਬੋਲੇ ਟੀਮ ਦੇ ਓਪਨਰ ਗਿੱਲ ਨੇ ਕਿਹਾ ਇਹ ਅੰਤ ਨਹੀਂ ਹੈ ਜਦੋਂ ਤੱਕ ਅਸੀਂ ਜਿੱਤ ਨਹੀਂ ਲੈਂਦੇ ਇਹ ਕિસ્사 ਖਤਮ ਨਹੀਂ ਹੋਏਗਾ ਦਰਅਸਲ ਭਾਰਤੀ ਟੀਮ ਨੇ ਸੈਮੀਫਾਈਨਲ ਤੱਕ ਇਸ ਟੂਰਨਾਮੈਂਟ ਦਾ ਹਰ ਮੈਚ ਜਿੱਤਿਆ ਤੇ ਜ਼ਬਰਦਸਤ ਤਰੀਕੇ ਨਾਲ ਜਿੱਤਿਆ ਪਰ ਫਾਈਨਲ ਦੇ ਵਿੱਚ ਆਸਟ੍ਰੇਲੀਆ ਨੇ ਭਾਰਤ ਦੀ ਜਿੱਤ ਦਾ سلسلہ ਰੋਕ ਦਿੱਤਾ ਵਿਸ਼ਪ ਕੱਪ ਮੁਕਾਬਲਾ ਦੇਖਣ ਪਹੁੰਚੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਸ ਜਿੱਤ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਪਹੁੰਚੇ ਤੇ ਰਾਜਸਥਾਨੀਆਂ ਦੀਆਂ ਸੜਕਾਂ ਤੇ ਸਟਰੀਟ ਫੂਡ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ ਦਿੱਲੀ ਐਨਸੀਆਰ ਵਿੱਚ ਕਾਫੀ ਮਸ਼ਹੂਰ ਨਿੰਬੂ ਪਾਣੀ ਦਾ ਵੀ ਉਹਨਾਂ ਨੇ ਸਵਾਦ ਲਿਆ ਤੇ ਸੜਕ ਕਿਨਾਰੇ ਲੱਗੇ ਇੱਕ ਸਟਾਲ ਤੋਂ ਰਾਮ ਲੱਡੂ ਵੀ ਖਾਦਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹਿ ਕੇ ਦੇਖਿਆ ਤੇ ਦੋਵੇਂ ਵੱਡੇ ਲੀਡਰਾਂ ਨੇ ਹੀ ਚੈਂਪੀਅਨਸ ਟਰੋਫੀ ਆਸਟ੍ਰੇਲੀਆ ਨੂੰ ਸੌਂਪੀ ਸੁਪਰੀਮ ਕੋਰਟ ਨੇ ਬਿਲਾ ਨੂੰ ਮਨਜ਼ੂਰੀ ਦੇਣ 'ਚ ਦੇਰੀ ਦਾ ਦੋਸ਼ ਲਾਉਣ ਵਾਲੀ ਕੇਰਲਾ ਸਰਕਾਰ ਦੀ ਪਟੀਸ਼ਨ ਤੇ ਅੱਜ ਕੇਂਦਰ ਸਰਕਾਰ ਅਤੇ ਰਾਜਪਾਲ ਆਰਿਫ ਮੁਹੰਮਦ ਖਾਨ ਦੇ ਦਫ਼ਤਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਰਾਜਪਾਲ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਈ ਬਿਲਾ ਨੂੰ ਮਨਜ਼ੂਰੀ ਨਹੀਂ ਦੇ ਰਹੇ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਜੇ.ਵੀ. ਪਾਰਦੀਵਾਲਾ ਤੇ ਮਨੋਜ ਮਿਸ਼ਰਾ ਦਾ ਬੈਂਚ ਸ਼ੁੱਕਰਵਾਰ ਨੂੰ ਕੇਰਲਾ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਕਰੇਗਾ। ਮਣੀਪੁਰ ਦੇ ਵਿੱਚ ਹਾਲੇ ਵੀ ਹਿੰਸਾ ਰੁਕੀ ਨਹੀਂ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਵਿੱਚ ਅੱਜ ਹਿੰਸਾ ਦੀ ਤਾਜ਼ਾ ਘਟਨਾ ਵਿੱਚ ਦੋ ਵਿਰੋਧੀ ਗਰੁੱ ਆਂ ਦੀ ਜਾਨ ਚਲੀ ਗਈ ਹੈ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਹਾਰੋਥੈਲ ਤੇ ਕੋਪਸ਼ਾ ਪਿੰਡਾਂ ਦੇ ਵਿਚਾਲੇ ਹੋਈ ਪੁਲਿਸ ਸਪਸ਼ਟ ਨਹੀਂ ਕਰ ਸકી ਕਿ ਗੋਲੀਬਾਰੀ ਦਾ ਕਾਰਨ ਕੀ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ ਹੈ ਵਿਸ਼ਾਖਾਪਟਨਮ ਵਿੱਚ ਅੱਜ ਤੜਕੇ ਘਾਟ ਇਲਾਕੇ ਚ ਅੱਗ ਲੱਗਣ ਕਾਰਨ ਘਟੋਕਟ 35 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਸੜ ਕੇ ਸੁਆਹ ਹੋ ਗਈਆਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਰਾਤ ਕਰੀਬ 1 ਵਜੇ ਲੱਗੀ ਅੱਗ ਤੇ ਸਵੇਰੇ 4 ਵਜੇ ਤੱਕ ਕਾਬੂ ਪਾ ਲਿਆ ਗਿਆ ਪੱਛਮੀ ਬੰਗਾਲ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਉੱਤਰੀ 24 ਪਾਰਗਨਾ ਜ਼ਿਲ੍ਹੇ ਦੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀਆਂ দেহਾਂ ਉਹਨਾਂ ਦੇ ਫਲੈਟ ਵਿੱਚੋਂ ਮਿਲੀਆਂ ਮ੍ਰਿਤਕਾਂ ਦੀ ਪਛਾਣ ਕਪੜਾ ਕਾਰੋਬਾਰੀ ਬਰੰਦਾਵਨ ਕਰਮਾਕਰ ਉਮਰ 52 ਸਾਲ ਸੀ ਪਤਨੀ ਦੇਵਸ਼੍ਰੀ ਕਰਮਾਕਰ ਧੀ ਦੇਵਲੀਨਾ ਤੇ 8 ਸਾਲ ਦਾ ਪੁੱਤਰ ਸੀ ਪੁਲਿਸ ਨੂੰ ਸ਼ੱਕ ਹੈ ਕਿ ਬਰੰਦਾਵਨ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇ ਕੇ ਖਤਮ ਕੀਤਾ ਤੇ ਬਾਅਦ ਵਿੱਚ ਆਪਣੀ ਜਾਨ ਵੀ ਲੈ ਲਈ ਉਸਦੀ ਦੇਹ ਛੱਤ ਨਾਲ ਲਟਕਦੀ ਮਿਲੀ ਜਦ ਕਿ ਤਿੰਨ ਹੋਰ দেহਾਂ ਫਲੈਟ ਤੇ ਵੱਖ-ਵੱਖ ਥਾਵਾਂ ਤੇ ਮਿਲੀਆਂ ਮੌਕੇ 'ਤੇ ਇੱਕ ਨੋਟ ਵੀ ਮਿਲਿਆ ਹੈ ਜਿਸ ਵਿੱਚ ਬਰੰਦਾਵਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਉਹ ਬਰਦਾਸ਼ਤ ਨਹੀਂ ਕਰ ਸਕਿਆ ਇਸ ਕਰਕੇ ਉਹਨੇ ਇੱਕ ਕਦਮ ਚੁੱਕਿਆ ਲੋਕਾਂ ਨੇ ਅਪਾਰਟਮੈਂਟ 'ਚੋਂ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਵਿੱਚ ਤੜਕੇ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ਤੇ ਲੜਕੀ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਦਕਿ ਚਾਰ ਨੂੰ ਜ਼ਖਮੀ ਕਰ ਦਿੱਤਾ ਮੁਲਜ਼ਮ ਦਾ ਘਰ ਪੀੜਤ ਪਰਿਵਾਰ ਦੇ ਗੁਆਂਢ ਵਿੱਚ ਹੀ ਹੈ ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ ਉਸਨੇ ਉਦੋਂ ਇੱਕ ਕਾਰਵਾਈ ਕੀਤੀ ਜਦੋਂ ਪੀੜਤ ਪਰਿਵਾਰ ਦੇ ਮੈਂਬਰ ਛੱਠ ਪੂਜਾ ਤੋਂ ਬਾਅਦ ਘਰ ਤੋਂ ਵਾਪਸ ਆ ਰਹੇ ਸੀ ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਅਸ਼ੀਸ਼ ਚੌਧਰੀ ਉਹਨਾਂ ਦੀ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਜਦਕਿ ਲੜਕੀ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ ਵਿਦੇਸ਼ੀ ਖਬਰਾਂ ਦੇ ਵਿੱਚ ਇਜ਼ਰਾਈਲ ਹਮਾਸ ਯੁੱਧ ਦੀ ਗੱਲ ਕਰ ਲਈਏ ਤਾਂ ਇਜ਼ਰਾਈਲ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ ਇਜ਼ਰਾਈਲ ਦੇ ਟੈਂਕ ਹੁਣ ਗਾਜ਼ਾ ਦੇ ਇੰਡੋਨੇਸ਼ੀਅਨ ਹਸਪਤਾਲ ਵੀ ਪਹੁੰਚ ਗਏ ਨੇ ਹਮਾਸ ਨੇ ਜਾਣਕਾਰੀ ਦਿੱਤੀ ਹੈ ਕਿ ਅੰਦਰ 700 ਲੋਕ ਮੌਜੂਦ ਨੇ ਇਸ ਇੱਕ ਵੀਡੀਓ ਦੇ ਵਿੱਚ ਹਸਪਤਾਲ ਦੇ ਨੇੜੇ ਕੁਝ ਟੈਂਕ ਦਿਖਾਈ ਦੇ ਰਹੇ ਨੇ ਹਮਾਸ ਦੇ ਸਿਹਤ ਮੰਤਰਾਲੇ ਮੁਤਾਬਕ ਜਿਹੜੇ 700 ਲੋਕ ਹਸਪਤਾਲ ਦੇ ਅੰਦਰ ਨੇ ਉਹਨਾਂ ਵਿੱਚ ਮੈਡੀਕਲ ਸਟਾਫ ਮਰੀਜ਼ ਤੇ ਉਹਨਾਂ ਦੇ ਪਰਿਵਾਰ ਵਾਲੇ ਸ਼ਾਮਲ ਨੇ ਹਮਾਸ ਦਾ ਦਾਅਵਾ ਹੈ ਕਿ ਇਜ਼ਰਾਈਲ ਇੰਡੋਨੇਸ਼ੀਆਈ ਹਸਪਤਾਲ ਨੂੰ ਵੀ ਬੰਦ ਕਰਨਾ ਚਾਹੁੰਦਾ ਹੈ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ ਕੁਦਰਾ ਨੇ ਕਿਹਾ ਕਿ ਇਜ਼ਰਾਈਲ ਦੇ ਕਥਿਤ ਹਵਾਈ ਹਮਲੇ 'ਚ 12 ਜਣੇ ਖਤਮ ਹੋ ਚੁੱਕੇ ਨੇ ਹਾਲਾਂਕਿ ਹਵਾਈ ਹਮਲੇ ਦੇ ਦੋਸ਼ਤੇ ਇਜ਼ਰਾਈਲ ਫੌਜ ਨੇ ਕੁਝ ਨਹੀਂ ਕਿਹਾ ਉਧਰ ਯਮਨ ਦੇ ਹੁਤੀ ਬਾਗੀਆਂ ਨੇ ਲਾਲ ਸਾਗਰ ਦੇ ਵਿੱਚ ਇਜ਼ਰਾਈਲ ਨਾਲ ਸੰਬੰਧਿਤ ਅਤੇ ਭਾਰਤ ਜਾ ਰਹੇ ਇੱਕ ਮਾਲਵਾਹਕ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਜਹਾਜ਼ ਵਿੱਚ ਸਵਾਰ 25 ਚਾਲਕ ਦਲ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ ਇਸ ਘਟਨਾ ਨਾਲ ਇਜ਼ਰਾਈਲ ਹਮਾਸ ਜੰਗ ਕਾਰਨ ਖੇਤਰੀ ਤਣਾਹ ਹੋਰ ਵਧਣ ਦੀ ਸੰਭਾਵਨਾ ਹੈ ਤੇ ਸਮੁੰਦਰੀ ਮੋਰਚੇ ਤੇ ਵੀ ਜੰਗ ਛਿੜਨ ਦੀ ਸੰਭਾਵਨਾ ਹੈ ਇਰਾਨ ਸਮਰਥਿਤ ਹੂਤੀ ਬਾਗੀਆਂ ਨੇ ਕਿਹਾ ਕਿ ਉਹਨਾਂ ਨੇ ਇਜ਼ਰਾਈਲ ਨਾਲ ਸੰਬੰਧਤ ਕੰਜ ਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਦੇ ਵਿਰੁੱਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤੱਕ ਅੰਤਰਰਾਸ਼ਟਰੀ ਪਾਣੀਆਂ 'ਚ ਇਜ਼ਰਾਈਲੀਆਂ ਨਾਲ ਸੰਬੰਧਿਤ ਜਾਂ ਫਿਰ ਮਾਲਕੀ ਵਾਲੇ ਜਹਾਜ਼ਾਂ ਨੂੰ ਉਹ ਨਿਸ਼ਾਨਾ ਬਣਾਉਂਦੇ ਰਹਿਣਗੇ ਅਮਾਸ ਦੇ ਕਬਜ਼ੇ ਵਿੱਚ ਲੰਗੀ 7 ਅਕਤੂਬਰ ਤੋਂ ਮੌਜੂਦ ਕਰੀਬ 240 ਇਜ਼ਰਾਈਲੀ ਬੰਦੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਲੱਗੇ ਮੁਲਕਾਂ ਦਾ ਦਾਵਾ ਹੈ ਕਿ ਡੀਲ ਕਾਫੀ ਨੇੜੇ ਪਹੁੰਚ ਚੁੱਕੀ ਹੈ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਬਿਨ ਨਾਸਿਰ ਬਿਨ ਖਲੀਫਾ ﺍﻟ्थਾਨੀ ਨੇ ਕਿਹਾ ਕਿ ਅਸੀਂ ਬੰਦੀ ਲੋਕਾਂ ਨੂੰ ਛਡਾਉਣ ਦੀ ਡੀਲ ਦੇ ਕਰੀਬ ਪਹੁੰਚ ਗਏ ਹਾਂ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬੁਲਾਰੇ ਐਡਰੀਅਨ ਵਾਟਸਨ ਨੇ ਵੀ ਕਿਹਾ ਕਿ ਅਸੀਂ ਹਾਲੇ ਤੱਕ ਕਿਸੇ ਡੀਲ ਤੇ ਤਾਂ ਪਹੁੰਚ ਨਹੀਂ ਸਕੇ ਪਰ ਅਸੀਂ ਸਖਤ ਮਿਹਨਤ ਕਰ ਰਹੇ ਹਾਂ ਤਾਂ ਕਿ ਇੱਕ ਡੀਲ ਤੇ ਸਹਿਮਤੀ ਬਣ ਸਕੇ ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਨੂੰ ਆਪਣੇ ਜਾਸੂਸੀ ਉਪਗ੍ਰਹਿ ਲਾਂਚ ਯੋਜਨਾ ਨੂੰ ਅੱਗੇ ਨਾ ਵਧਾਉਣ ਦੀ ਚੇਤਾਵਨੀ ਦਿੱਤੀ ਹੈ ਕਿ ਹੈ ਕਿ ਜੇ ਉਹ ਨਾ ਟਲਿਆ ਦਾ ਅੰਤਰ ਕੋਰੀਏ ਸ਼ਾਂਤੀ ਸਮਝੌਤੇ ਨੂੰ ਖਤਮ ਕਰ ਦਿੱਤਾ ਜਾਊਗਾ ਦੱਖਣੀ ਕੋਰੀਆ ਨੇ ਇਹ ਵੀ ਕਿਹਾ ਹੈ ਕਿ ਯੋਜਨਾ ਰੱਦ ਨਾ ਕਰਨ ਤੇ ਉਹ ਇਲਾਕੇ 'ਚ ਵਾਈ ਨਿਗਰਾਨੀ ਸ਼ੁਰੂ ਕਰ ਸਕਦਾ ਹੈ ਮਾਈਕਰੋਸਾਫਟ ਨੇ ਸैम 올ਟਮੈਨ ਜਿਸ ਨੂੰ ਚੈਟ ਜੀਪੀਟੀ ਨਿਰਮਾਤਾ ਓਪਨ ਏਆਈ ਚੋਂ ਬਾਹਰ ਕਰ ਦਿੱਤਾ ਗਿਆ ਹੈ ਉਸ ਨੂੰ ਆਪਣੇ ਗਰੁੱਪ 'ਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ ਸैम 올ਟਮੈਨ ਓਪਨ ਏਆਈ ਦੇ ਸਹਿ ਸੰਸਥਾਪਕ ਸਨ ਮਾਈਕਰੋਸਾਫਟ ਦੇ ਚੇਅਰਮੈਨ ਤੇ ਸੀਈਓ ਸਤਿਆ ਨਡੇਲਾ ਨੇ ਖੁਦ ਸੋਸ਼ਲ ਮੀਡੀਆ ਸਾਈਟ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸैम 올ਟਮੈਨ ਉਹਨਾਂ ਦੀ Microsoft ਕੰਪਨੀ ਨਾਲ ਜੁੜਨ ਜਾ ਰਹੇ ਨੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਧੰਨਵਾਦ